ਕਾਇਦਾ ਨਾ ਸੀ ਇਹ ਫੀਮੇਲ ਹੈ ਰਾਣੀ ਨਾਮ ਰੱਖਿਆ ਹੋਇਆ ਇਹਦਾ ਇਹਨੂੰ ਸਾਰੀ ਨੋਲੇਜ ਹੈ ਕਿ ਅਸੀਂ ਕਿੰਨੇ ਵਜੇ ਆਣਾ ਹੈ ਕਿੰਨੇ ਵਜੇ ਇਹਨੂੰ ਫੂਡ ਪਾਵਾਂਗੇ ਹੁਣ ਵੀ ਦੇਖੋ ਇਹਨੂੰ ਪਤਾ ਹੈ ਦੀ ਗੱਲ ਹੋ ਰਹੀ ਹੈ ਤੇ ਪੂਰਾ ਪ੍ਰੋਪਰ ਇਹ ਨਾ ਮੈਂ ਆਪਣੀ ਲਾਈਫ ਚ ਇੰਨਾ ਸਿਆਣਾ ਪੰਛੀ ਨਹੀਂ ਦਿੱਖਦਾ ਨਹੀਂ ਇਹਨੂੰ ਬਲਾਈਂਡ ਦਾ ਅਸਰ ਥੋੜਾ ਜਿਵੇਂ ਦੂਰੋਂ ਦਿਖਦਾ ਨਹੀਂ ਨੇੜੇ ਆ ਕੇ ਚੀਜ਼ ਦਿਖਦੀ ਹੈ ਇਹਦੇ ਸਾਨੂੰ ਜਦੋਂ ਇਹ ਮਿਲਿਆ ਸੀ ਸੜਕ ਤੇ ਘੁੰਮ ਰਿਹਾ ਸੀ ਇਹਨੂੰ ਰੈਸਕਿਊ ਕਰਕੇ ਅਸੀਂ ਲਿਆ ਇਹਦੀ ਕੰਡੀਸ਼ਨ ਉਸ ਟਾਈਮ ਕ੍ਰਿਟੀਕਲ ਸੀਗੀ ਕਿਉਂਕਿ ਪਾਣੀ ਆ ਖਾਣਾ ਨਾ ਮਿਲਣ ਕਰਕੇ ਹੈਲਥ ਜਿਹੜੀ ਘੱਟ ਗਈ ਸੀ ਇਹਦੀ ਬਹੁਤ ਪੰਛੀ ਪੈਰਾਲਾਈਜ਼ ਹੈ ਤੇ ਇਹ ਖੁਦ ਖਾਣਾ ਨਹੀਂ ਖਾ ਸਕਦੇ ਬਟ ਇਹਨੂੰ ਇੰਨੀ ਹੱਥ ਦੀ ਪਛਾਣ ਹੈ ਜਦੋਂ ਮੈਂ ਇਹਨੂੰ ਫੜਾਂਗਾ ਤੇ ਆਪਣੇ ਆਪ ਨੂੰ ਸਿਲੰਡਰ ਕਰ ਦਿੰਦਾ ਕਿਉਂਕਿ ਇਹਨੂੰ ਪਤਾ ਕਿ ਹੁਣ ਮੇਰਾ ਖਾਣੇ ਦਾ ਟਾਈਮ ਆ ਰਹੀ ਬੰਦਾ ਮੈਨੂੰ ਖਾਣਾ ਖਵਾਏਗਾ ਨਹੀਂ ਤਾਂ ਜੇ ਕੋਈ ਤੁਹਾਡੇ ਹੱਥ 'ਚ ਮਹਿਸੂਸ ਕਰ ਹਾਂਜੀ ਮਹਿਸੂਸ ਕਰਦਾ ਹਾਂ ਜੇ ਤੁਸੀਂ ਹੱਥ ਪਾਓਗੇ ਤੁਹਾਡੇ ਨੇੜੇ ਨਹੀਂ ਆਣਗੇ ਫੜਫੜਾਏਗਾ ਜਾਂ ਭੱਜ ਜਾਏਗਾ ਤੁਹਾਡੇ ਤੋਂ ਦੂਰ ਥੋੜਾ ਜਿਹਾ ਇਹਨੂੰ ਮਾਲਿਸ਼ ਕਰਨੀ ਹੈ ਦੀ ਅੱਖਾਂ ਤੇ ਉਸ ਤੋਂ ਬਾਅਦ ਇਹਨੇ ਰਿਲੈਕਸ ਹੋ ਜਾਣਾ ਇਹਦੇ ਪੰਜੇ ਦੇਖੋ ਤੁਸੀਂ ਇਹਨੇ ਢਿੱਲੇ ਛੱਡਦੇ ਮਤਲਬ ਸੌ ਗਿਆ ਸੌ ਗਿਆ ਉਹਨੇ ਜਿਵੇਂ ਮਰਜ਼ੀ ਰੱਖ ਲਈ ਤੁਹਾਡੇ ਸਾਹਮਣੇ ਜਿਵੇਂ ਤੁਸੀਂ ਪਹਿਲਾਂ ਖੇਡ ਖੇਡ ਵੀ ਰਏ ਸੀ ਕਿ ਵੀ ਇੰਨਾ ਇੰਨਾ ਜਿਆਦਾ ਸੁਸਤਾ ਗਿਆ ਹੈਗਾ ਕਿ ਤੁਸੀਂ ਜਿਵੇਂ ਬਾਈ ਨੂੰ ਵੀ ਕੈਚ ਕਰਾਉਂਗੇ ਤਾਂ ਉਸੇ ਤਰ੍ਹਾਂ ਉਸੇ ਸਥਿਤੀ ਹੈਗਾ ਹੁਣ ਬਿਲਕੁਲ ਇਹਨੂੰ ਹੁਣ ਰਿਲੈਕਸ ਕਰਤਾ ਨਾ ਫਿਰ ਹੂੰ ਇਹ ਹੁਣ ਇਹਨੂੰ ਮੈਂ ਇਹ ਇੰਨਾ ਜਿਆਦਾ ਸੁਸਤਾ ਗਿਆ ਹੈਗਾ ਇਹ ਆਪਣੇ ਆਪ ਨੂੰ ਕੰਫਰਟੇਬਲ ਫੀਲ ਕਰਦਾ ਜੀ ਮੈਂ ਤਾਂ ਇਹ ਕਹਾਣੀਆਂ ਸੁਣੀਆਂ ਬਜ਼ੁਰਗਾਂ ਨੂੰ ਕਿ ਰੋਟੀ ਜਿਹੜੀ ਕੁੱਤੇ ਦੀ ਹਿੱਸੇ ਦੀ ਇਨਸਾਨ ਨੂੰ ਦੇ ਦਿੱਤੀ ਗਈ ਸੀ ਤੇ ਉਮਰ ਵੀ ਤੇ ਇਨਸਾਨ ਜਾਨਵਰਾਂ ਨੂੰ ਜਿਹੜੇ ਕੁੱਤੇ ਹੁੰਦੇ ਹਨ ਉਹਨਾਂ ਨੂੰ ਖਾਣਾ ਪਾਏਗਾ ਅੱਜ ਦੇ ਟਾਈਮ ਕੁੱਤਿਆਂ ਨੂੰ ਠੋਡੇ ਪੈ ਰਹਿਆਂ ਜੀ ਖਾਣਾ ਤਾਂ ਮਿਲਦਾ ਜਿਵੇਂ ਬਹੁਤ ਸਾਰੇ ਪੰਛੀ ਤੁਸੀਂ ਅੰਦਰ ਰੱਖੇ ਹੋਇਆ ਉਹ ਕਬੂਤਰ ਨੇ ਜਾਂ ਘੁੱਗੀਆਂ ਵੀ ਤੁਹਾਡੇ ਕੋਲੇ ਹੈਗੀਆਂਗਾ ਬਤਕਾਂ ਨੇ ਕੁੱਕੜ ਵੀ ਅੰਦਰ ਬੋਲ ਰਿਹਾ ਕੁੱਕੜ ਬਾਂਗਾ ਦੇ ਰਿਹਾ ਸ਼ਾਮ ਦੇ ਟਾਈਮ ਹੀ ਬਾਂਗਾ ਦੇ ਰਿਹਾ ਸਵੇਰੇ ਦਿੰਦਾ ਇਹ ਆਪਸ ਦੇ ਵਿੱਚ ਸੁਭਾਅ ਉਹ ਮੇਲ ਖਾ ਜਾਂਦਾ ਜਿੰਨੇ ਵੀ ਇਹ ਜਾਨਵਰ ਹੈ ਨਾ ਇੱਕ ਦੂਜੇ ਨਾਲ ਰਹਿ ਨਹੀਂ ਸਕਦੇ ਹੂੰ ਤੁਸੀਂ ਕਿਸੇ ਬੰਦੇ ਕਿਹੜਾ ਰਹਿ ਸਕਦਾ ਬੰਦੇ ਤਾਂ ਚਲੋ ਕਿੱਥੇ ਵੀ ਨਹੀਂ ਰਹਿ ਸਕਦੇ ਉਹ ਤਾਂ ਬੰਦਾ ਦੋ ਬੰਦੇ ਨਹੀਂ ਮਿਲ ਕੇ ਰਹਿ ਸਕਦੇ ਅੱਜ ਕੱਲ ਦਾ ਜੀ ਇਹਨਾਂ ਚ ਇਹ ਕੁਆਲਿਟੀ ਹੈ ਕਿ ਇਹ ਹੁਣ ਮੇਰੇ ਕੋਲ ਆ ਕਬੂਤਰ ਹੋ ਗਏ ਜੀ ਹੁਣ ਤੁਸੀਂ ਸੋਚੋ ਇੱਕ ਉੱਲੂ ਸ਼ਿਕਾਰੀ ਹੈ ਜੀ ਅਸੀਂ ਕਬੂਤਰਾਂ ਛੱਡਿਆ ਹੋਇਆ ਸੀ ਸ਼ਿਕਾਰੀ ਉੱਲੂ ਸ਼ਿਕਾਰੀ ਉੱਲੂ ਉਹ ਸਾਨੂੰ ਮਿਲਿਆ ਸੀ ਇੰਜਰਡ ਹੈ ਉਹ ਉਹਦਾ ਉਹ ਮਾਸ ਖਾਂਦਾ ਪਰ ਜਦਦਾ ਸਾਡੇ ਕੋਲ ਆ ਉਹ ਨਿਕ ਵੀ ਪੰਛੀ ਨੂੰ ਨਹੀਂ ਮਾਰਦਾ ਸਾਡੇ ਕੋਲ ਬਾਜ ਹੈ ਉਹ ਨਹੀਂ ਪੰਛੀਆਂ ਨੂੰ ਮਾਰਦੇ ਤੇ ਸਾਡੇ ਇੱਥੇ ਚੂਹੇ ਬਹੁਤ ਸੀਗੇ ਜੀ ਨਹੀਂ ਉਹਨਾਂ ਨੂੰ ਲੱਗਣ ਲੱਗ ਗਿਆ ਵੀ ਵੀ ਸਾਡਾ ਪਰਿਵਾਰ ਹੈ ਜਾਂ ਇਹ ਸਰਬ ਉਹ ਰਹਿੰਦੀ ਹੈ ਪਰਿਵਾਰ ਨਾਲ ਰਹਿੰਦੇ ਆ ਜੀ ਤੁਸੀਂ ਅੰਦਰ ਵੀਡੀਓ ਦੇਖੋ ਬਣਾਓਗੇ ਦੇਖੋਗੇ ਤੁਸੀਂ ਫੀਲ ਕਰੋਗੇ ਕਿ ਕਬੂਤਰ ਬਾਜ ਮੁਰਗੀ ਬਤਕਾਂ ਸਭ ਇਕੱਠੀਆਂ ਰਹਿ ਰਹੀਆਂ ਛਿ ਨੂੰ ਬਚਾਉਣਾ ਸਾਡਾ ਮੇਨ ਮੋਟਿਵ ਹੁੰਦਾ ਹੈ ਜੀ ਜਿਹੜਾ ਪੰਛੀ ਅਸੀਂ ਰੈਸਕਿਊ ਕਰਦੇ ਆ ਉਹਦੀ ਫੋਟੋ ਜਿਨ੍ਹਾਂ ਨੇ ਰੈਸਕਿਊ ਕਰਾਇਆ ਉਹਨਾਂ ਨਾਲ ਫੋਟੋ ਖਿੱਚ ਕੇ ਉਸ ਏਰੀਆ ਨੂੰ ਨੋਟ ਕਰਕੇ ਫਿਰ ਉਹਨੂੰ ਸ਼ੈਲਟਰ ਜਾਂ ਤਾਂ ਡਾਕਟਰ ਕੋਲ ਲੈ ਜਾਂਦੇ ਆ ਸਿੱਧਾ ਜੇ ਸਾਡੇ ਹੱਥ 'ਚ ਨਾ ਹੋਏ ਜੀ ਤੇ ਛੋਟਾ ਮੋਟਾ ਟ੍ਰੀਟਮੈਂਟ ਹੈ ਆਪ ਕਰਕੇ ਫਿਰ ਉਹਨੂੰ ਸ਼ੈਲਟਰ ਰੱਖਿਆ ਜਾਂਦਾ ਹੈ ਸ਼ੈਲਟਰ ਰੱਖਣ ਤੋਂ ਬਾਅਦ ਖਾਣਾ ਪੀਣਾ ਦੇਣ ਤੋਂ ਬਾਅਦ ਜਦੋਂ ਲੱਗਦਾ ਐਕਟਿਵ ਹੋ ਗਿਆ ਹੁਣ ਇਰ ਉਹਨੂੰ ਛਾਜਾ ਦਿੰਦੇ ਆ ਰੋਜਾਨਾ ਸਪੋਕਸਮੈਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹੈਪੀ ਪਕਤਾ ਪੰਛੀ ਰੱਖਣੇ ਸਾਰਿਆਂ ਨੂੰ ਚੰਗੇ ਲੱਗਦੇ ਨੇ ਪਿੰਜਰਿਆਂ ਚ ਨਿੱਕੀਆਂ-ਨਿੱਕੀਆਂ ਚਿੜੀਆਂ ਤੋਤੇ ਘਰਾਂ ਦੇ ਵਿੱਚ ਅਸੀਂ ਕੈਦ ਕਰ ਲੈਨੇ ਆ ਪਰ ਜਦੋਂ ਪੰਛੀ ਥੋੜੇ ਜਿਹਾ ਉਡਾਰ ਹੁੰਦੇ ਆ ਕਈ ਵਾਰ ਅਸੀਂ ਛੱਡ ਦਿੰਨੇ ਆ ਪਹਿਲੀ ਗੱਲ ਤਾਂ ਕੈਦ ਹੀ ਨਹੀਂ ਕਰਨਾ ਚਾਹੀਦਾ ਕਿਸੇ ਜੀਵ ਨੂੰ ਪਿੰਜਰਿਆਂ ਦੇ ਵਿੱਚ ਜਾਂ ਸੰਗਲੀਆਂ ਪਾ ਕੇ ਘਰਾਂ ਦੇ ਵਿੱਚ ਰੱਖਦੇ ਆ ਪਰ ਕਈ ਵਾਰੀ ਇਹੋ ਜਿਹੇ ਪੰਛੀ ਹੋ ਜਾਂਦੇ ਨੇ ਜਿਹੜੇ ਤਾਰਾਂ ਦੇ ਨਾਲ ਲਟਕ ਜਾਂਦੇ ਨੇ ਪਰ ਅਸੀਂ ਦੇਖ ਕੇ ਅੱਖੋਂ ਪਰੋਖੇ ਕਰ ਦਿੰਨੇ ਆ ਪਰ ਇੱਕ ਇਹੋ ਜੀ ਕਹਾਣੀ ਪਟਿਆਲੇ ਦੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਟਿਆਲੇ ਦਾ ਨੌਜਵਾਨ ਜੋ ਅਕਸਰ ਉਹਨਾਂ ਪੰਛੀਆਂ ਨੂੰ ਬਚਾਉਂਦਾ ਉਹਨਾਂ ਦੀ ਮੱਲਮ ਪੱਟੀ ਕਰਦਾ ਹੈ ਉਹ ਪੰਛੀ ਜਿਹੜੇ ਬਹੁਤ ਮਹਿੰਗੇ ਵੀ ਨੇ ਉਹ ਪੰਛੀ ਜਿਨ੍ਹਾਂ ਨੂੰ ਕੋਈ ਵੀ ਨਹੀਂ ਪੁੱਛਦਾ ਜਿਵੇਂ ਅਸੀਂ ਅਕਸਰ ਇਹ ਚਿੰਤਾ ਜ਼ਾਹਰ ਕਰਦੇ ਹਾਂ ਕਿ ਟਾਵਰ ਆ ਗਏ ਜੀ ਮੋਬਾਈਲ ਆ ਗਏ ਜੀ ਉਸ ਨਾਲ ਚਿੜੀਆਂ ਉੱਡ ਗਈਆਂ ਸਾਡੇ ਬਨੇਰਿਆਂ ਤੇ ਕਾਹਨ ਹੀ ਬੋਲਦੇ ਤਾਂ ਕਾਹ ਕਿੱਥੋਂ ਬੋਲਣਗੇ ਜਦੋਂ ਮੋਬਾਈਲ ਬੋਲਣ ਲੱਗ ਪਏ ਨੇ ਅੱਜ ਕਹਾਣੀ ਸੁਣਾਵਾਂਗੇ ਸੰਦੀਪ ਸਿੰਘ ਹੋਣਾ ਦੀ ਅਟਿਆਲਾ ਦਾ ਰਹਿਣ ਵਾਲਾ ਸੰਦੀਪ ਸਿੰਘ ਅੱਜ ਸਾਡੇ ਨਾਲ ਹੈ ਜੋ ਪੰਛੀਆਂ ਨੂੰ ਪਿਆਰ ਕਰਦਾ ਹੈ ਉਹਨਾਂ ਪੰਛੀਆਂ ਨੂੰ ਜਿਨ੍ਹਾਂ ਨੂੰ ਅਸੀਂ ਅੱਖੋਂ ਪਰੋਖੇ ਕਰਦੇ ਜਿਵੇਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਹੈ ਕਿਸੇ ਐਕਸੀਡੈਂਟ ਦੇ ਵਿੱਚ ਉਹ ਅੰਜਰੀ ਹੋ ਜਾਂਦੇ ਨੇ ਜਾਂ ਸੱਟ ਫੇਟ ਲੱਗ ਜਾਂਦੀ ਹੈ ਜਾਂ ਕਰੰਟ ਲੱਗ ਜਾਂਦਾ ਤਾਂ ਉਹਨਾਂ ਨੂੰ ਰੈਸਕਿਊ ਕਰਦੇ ਨੇ ਉਸ ਤੋਂ ਬਾਅਦ ਇਸ ਆਪਣੇ ਇਸ ਘਰ ਦੇ ਵਿੱਚ ਛੋਟੇ ਜਿਹੇ ਘਰ ਦੇ ਵਿੱਚ ਲੈ ਕੇ ਆਉਂਦੇ ਨੇ ਉਹਨਾਂ ਦੀ ਦੇਖਭਾਲ ਕਰਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਜੰਗਲ ਦੇ ਵਿੱਚ ਜਾਂ ਜਿੱਥੇ ਉਹ ਰਹਿ ਸਕਦੇ ਨੇ ਜਿੱਥੇ ਉਹਨਾਂ ਦੀ ਅਸਲੀ ਜਗ੍ਹਾ ਪਿੰਜਰੇਆਂ ਤੇ ਨਹੀਂ ਰੱਖ ਦੇਗੇ ਜਿਵੇਂ ਇੱਥੇ ਤਾਂ ਪਿੰਜਰੇ ਬਣੇ ਹੋਏ ਨੇ ਪਰ ਇੱਥੇ ਸਿਰਫ ਇਹਨਾਂ ਦਾ ਟ੍ਰੀਟਮੈਂਟ ਕੀਤਾ ਜਾਂਦਾ ਹੈਗਾ ਸੰਦੀਪ ਜੀ ਸასი ਕਾਲ ਸასი ਕਾਲ ਜੀ ਕੀ ਹਾਲ ਨੇ ਤੁਹਾਡੇ ਵਧੀਆ ਸਰ ਤੁਸੀਂ ਸੁਣਾਓ ਇਸ ਉਮਰ ਦੇ ਵਿੱਚ ਤਾਂ ਬੰਦਾ ਆਪਣੇ ਬੱਚਿਆਂ ਬਾਰੇ ਵੱਧ ਸੋਚਦਾ ਹੁੰਦਾ ਹੈਗਾ ਪਰ ਤੁਸੀਂ ਪੰਛੀਆਂ ਦੇ ਬੱਚਿਆਂ ਬਾਰੇ ਪੰਛੀਆਂ ਬਾਰੇ ਵੱਧ ਸੋਚਦੇ ਹੋ ਪੰਛੀਆਂ ਵਲ ਵਸਤੇ ਤੇ ਅਨਸਰ ਬਚਪਨ ਤੋਂ ਹੀ ਜਿਵੇਂ ਸੀਗਾ ਥੋੜਾ ਅੱਛੇ ਲੱਗਦੇ ਸੀ ਮੈਨੂੰ ਉੜਦੇ ਹੋਏ ਬਾਜ ਹੋ ਗਏ ਪੰਛੀ ਮੋਰ ਹੋ ਗਏ ਤੇ ਸਕੂਲ ਟਾਈਮ ਤੋਂ ਬਾਅਦ ਇਹ ਚੀਜ਼ ਸ਼ੁਰੂ ਕੀਤੀ ਸੀ ਹੁਣ ਆਪਣਾ ਪੈਸ਼ਨ ਬਣਾ ਲਿਆ ਜੀ ਤੇ ਕੰਮਕਾਰ ਦੇ ਨਾਲ ਆ ਸੇਵਾ ਦਾ ਕੰਮ ਵੀ ਚੱਲੀ ਜਾਂਦਾ ਵਿੱਚ ਦੋ ਵਾਰ ਅਸੀਂ ਬੰਦ ਕੀਤਾ ਸੀ ਲੇਕਿਨ ਗੱਲ ਬੜ ਨਹੀਂ ਸਕੀ ਕਿਉਂਕਿ ਜੇ ਮੈਂ ਫੋਨ 'ਤੇ ਕਿ ਨਹੀਂ ਕਰਦਾ ਸੀ ਤਾਂ ਘਰ ਆ ਜਾਂਦੇ ਸੀ ਲੋਕ ਪੰਛੀ ਲੈ ਕੇ ਜਿਹੜੇ ਕੋਈ ਛੱਟ ਲੱਗੀ ਹੁੰਦੀ ਸੀ ਹਾਂਜੀ ਛੱਟ ਲੱਗੀ ਹੁੰਦੀ ਸੀ ਜਿਵੇਂ ਸੰਦੀਪ ਜੀ ਆਪਾਂ ਤੁਸੀਂ ਕਹਿ ਕੇ ਮੈਨੂੰ ਬਚਪਨ 'ਚ ਪਿਆਰ ਸੀ ਹਰ ਬੱਚੇ ਨੂੰ ਪਿਆਰ ਹੁੰਦਾ ਫੁੱਲਾਂ ਨਾਲ ਪੰਛੀਆਂ ਨਾਲ ਬਹੁਤੇ ਬੱਚਿਆਂ ਨੂੰ ਪਿਆਰ ਵੀ ਹੁੰਦਾ ਪਰ ਉਹ ਪੰਛੀਆਂ ਦੇ ਡਲੇ ਮਾਰਦੇ ਹੁੰਦੇ ਆ ਉਹਨਾਂ ਨੂੰ ਤਾਂ ਵੀ ਯਾਰ ਮਤਲਬ ਗਲੇਲ ਨਾਲ ਪੰਛੀ ਡਾਉਣਾ ਹੈਗਾ ਮਦਲੇ ਇਹ ਇੱਕ ਬੰਦ ਦੀ ਆਪਣੀ ਮਾਨਸਿਕ ਆ ਮੋਬਾਈਲ ਲਾਗੇ ਜੀ ਜਿਵੇਂ ਜਾਦਾ ਮੈਂ ਬਚਪਨ ਦੇਖਿਆ ਆਪਣਾ ਤਾਂ ਉਸ ਟਾਈਮ ਗੁਲੇਲਾ ਦੀ ਗੱਲ ਮੈਨੂੰ ਤੁਹਾਡੀ ਯਾਦ ਆ ਗਈ ਗੁਲੇਲ ਬਹੁਤ ਵਿਗਦੀ ਸੀ ਜੀ 5 ਰੁਪਏ 10 ਰੁਪਏ ਨੂੰ ਗੁਲੇਲ ਮਿਲ ਜਾਂਦੀ ਸੀ ਤੇ ਕਾਫੀ ਬੱਚੇ ਮੈਂ ਆਪ ਦੇਖੇ ਆ ਜੀ ਜਿਨ੍ਹਾਂ ਨੇ ਪੰਛੀ ਮਾਰੇ ਆ ਕੁਝ ਤਾਂ ਮੈਨੂੰ ਮੇਰੇ ਨਾਲ ਪੜੇ ਲਿਖਿਆ ਜੀ ਉਹ ਜਾਣਦਾ ਮੈਂ ਸਾਰਿਆਂ ਨੂੰ ਪਰ ਉਹ ਇਹੀ ਚੀਜ਼ਾਂ ਹੁੰਦੀਆਂ ਸੀ ਉਦੋਂ ਉਦੋਂ ਇਹ ਚੀਜ਼ ਬਹੁਤ ਘੱਟ ਸਮਝੀ ਜਾਂਦੀ ਸੀ ਕਿ ਪੰਛੀ ਜਿਹੜੇ ਮਨੋਰੰਜਨ ਦਾ ਸਾਧਨ ਹੀ ਸੀਗੇ ਬਸ ਜੀ ਉਦੋਂ ਦਿਖਦੇ ਬਹੁਤ ਸੀਗੇ ਪੰਛੀ ਹੁੰਦੇ ਬਹੁਤ ਸੀ ਬਹੁਤ ਸੀਗੇ ਜੀ 12 ਦਰੀ ਜਾਓ ਤਾਂ ਸ਼ੋਰ ਬਹੁਤ ਹੁੰਦਾ ਸੀ ਹੁਣ ਤਾਂ ਮੇਰੇ ਖਿਆਲ ਨਾਲ ਕਬੂਤਰਾਂ ਨੂੰ ਵੀ ਨਹੀਂ ਲੋਕ ਘਰਾਂ ਦੇ ਬਾਹਰ ਤੋਂ ਸੰਭਾਲਦੇ ਜਿਹੜੀਆਂ ਚਿੜੀਆਂ ਬਰਾਊਨ ਚਿੜੀਆਂ ਆਪਾਂ ਕਹਿੰਦੇ ਸੀ ਖਤਮ ਹੋ ਗਈ ਜੀ ਖਤਮ ਹੋ ਗਿਆ ਜੀ ਇਹ ਟੀਵੀ ਟਾਵਰਾਂ ਕਰਕੇ ਹੋਇਆ ਟੀਵੀ ਟਾਵਰਾਂ ਕਰਕੇ ਵੀ ਹੋਇਆ ਜੀ ਥੋੜਾ ਸਾਡੀ ਸੰਭਾਲਦੇ ਸੀ ਕਿਸੇ ਚੀਜ਼ ਵੱਲ ਧਿਆਨ ਨਹੀਂ ਦਿੱਤਾ ਬੰਦਿਆਂ ਵੱਲੋਂ ਧਿਆਨ ਨਹੀਂ ਦਿੱਤਾ ਗਿਆ ਤੇ ਹੌਲੀ ਹੌਲੀ ਚੀਜ਼ ਲੁਕਤ ਹੋ ਗਈ ਜੀ ਉਹ ਜਿਹੜੀ ਪ੍ਰਜਾਤੀ ਸੀ ਜਿਹੜੀ ਖਤਮ ਹੋ ਗਈ ਜੀ ਹਾਂ ਕੁਝ ਪੇੜ ਸਾਡੇ ਇੱਥੇ ਖਤਮ ਹੋ ਗਏ ਜੀ ਹੂੰ ਤੇ ਲੋਕਾਂ ਨੇ ਦਾਣਾ ਦੂਣਾ ਪਾਣਾ ਛੱਡਤਾ ਭਾਜੀ ਜਿਵੇਂ ਅੱਪ ਤੁਸੀਂ ਰਸਤੇ 'ਚੋਂ ਦੇ ਗੱਲ ਕਰ ਰਹੇ ਸੀ ਕਿ ਟਾਲੀ ਦਾ ਦਰਖਤ ਜਿਵੇਂ ਟਾਲੀ ਹੁਣ ਖਤਮ ਹੋ ਗਈ ਆ ਬਹੁਤ ਘੱਟ ਆ ਜਿਵੇਂ ਮੈਂ ਹੁਣੇ ਭਾਸ਼ਾ ਭਾਗ 'ਚ ਦੇਖੀ ਕਿ ਟਾਲੀ ਖੜੀ ਪਹਿਲਾਂ ਹੁੰਦਾ ਹੀ ਕੁੜੀਆਂ ਦਾ ਦਾਜ ਦੇਣਾ ਜਾਂ ਘਰ ਦਾ ਫਰਨੀਚਰ ਟਾਲੀ ਦਾ ਬਣਦਾ ਸੀ ਇਹ ਮਨੁੱਖ ਨੇ ਆਪ ਖਤਮ ਕੀਤੇ ਨੀ ਚੀਜ਼ਾਂ ਆਪ ਹੀ ਖਤਮ ਕੀਤੇ ਕੁਦਰਤ ਨੇ ਤਾਂ ਦਾਤਾਂ ਦਿੱਤੀਆਂ ਨੇ ਕੁਦਰਤ ਸਾਨੂੰ ਉਹ ਦਾਤ ਨਹੀਂ ਦਿੰਦੀ ਜਿਹੜੀ ਬੰਦੇ ਨੇ ਬਣਾਈ ਆ ਕੁਦਰਤ ਨੇ ਜਿਹੜੀ ਪੈਦਾ ਕੀਤੀ ਆ ਹਵਾ ਪਾਣੀ ਧਰਤ ਤਾਂ ਹੀ ਗੁਰਬਾਣੀ ਦੇ ਵਿੱਚ ਆਉਂਦਾ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤਾ ਭਾਜੀ ਮੈਂ ਤਾਂ ਇਹ ਗੱਲ ਕਵਾਂਗਾ ਦੇਖੋ ਜਿਨ੍ਹਾਂ ਘਰਾਂ 'ਚ ਬਜ਼ੁਰਗ ਨਹੀਂ ਹੁੰਦੇ ਨਾ ਉਹ ਘਰਾਂ ਦਾ ਅੱਗੇ ਸਰਵਾਈਵ ਕਰਨਾ ਬੜਾ ਔਖਾ ਹੋ ਜਾਂਦਾ ਜੀ ਜੀ ਤੇ ਜਿਨ੍ਹਾਂ ਨੇ ਇਹ ਚੀਜ਼ਾਂ ਸਾਨੂੰ ਦੇਣੀਆਂ ਸੀ ਗਿਆ ਸਾਡੇ ਬਜ਼ੁਰਗ ਜਿਨ੍ਹਾਂ ਨੇ ਪੇੜਾਂ ਬਾਰੇ ਸਾਨੂੰ ਦੱਸਿਆ ਸੀ ਜੋ ਤੁਸੀਂ ਅੱਜ ਗੱਲ ਕਹੀ ਹੈ ਕਿ ਟਾਲੀ ਦਾ ਪੇੜ ਜ਼ਰੂਰੀ ਸੀ ਹੁਣ ਤਾਂ ਦਾਦਾ ਚ ਐਲਸੀਡੀਆਂ ਜਾਂ ਮੋਬਾਈਲ ਜਾਂਦੇ ਆ ਜਾਂ ਮੋਟਰਸਾਈਕਲ ਜਾਂਦੇ ਆ ਤੇ ਪੇੜਾਂ ਦੀ ਮਹੱਤਤਾ ਬਜ਼ੁਰਗਾਂ ਨੂੰ ਪਤਾ ਸੀਗਾ ਹਰ ਦਵਾਈ ਦਾ ਇਲਾਜ ਪੇੜਾਂ ਤੋਂ ਪੌਦਿਆਂ ਤੋਂ ਮਿਲਦਾ ਸੀ ਜੀ ਨਿੰਮ ਤੋਂ ਹਾਂਜੀ ਹੁਣ ਤਾਂ ਅਸੀਂ ਦੇਸੀ ਦਵਾਈਆਂ ਵੱਲ ਤਾਂ ਝਾਂਕਦੀ ਨਹੀਂ ਇੰਗਲਿਸ਼ ਹੀ ਚੱਲ ਰਹੀ ਆ ਸਾਰੇ ਬਸੇ ਠੀਕ ਹੈ ਜੀ ਸਿਰਦਰਦ ਦਾ ਗੋਲੀ ਖਾ ਲਓ ਕੁਛ ਹੋਇਆ ਗੋਲੀ ਖਾ ਲਓ ਤੇ ਪੇੜ ਲਾਣੇ ਛੱਡਦੇ ਛਾਂ 'ਚ ਬਹਿਣਾ ਛੱਡਤਾ ਸੈਰ ਕਰਨੀ ਛੱਡਦੀ ਜਿਹੜਾ ਬਾਰਾਦਰੀ ਇੱਥੇ ਬਾਗ ਹੈਗਾ ਉੱਥੇ ਤੁਹਾਨੂੰ ਬਜ਼ੁਰਗ ਹੀ ਦਿਖੇਗੇ ਜਵਾਨ ਬਹੁਤ ਘੱਟ ਦਿਖੇਗੇ ਹਮ ਐਦਾਂ ਹੀ ਜਿਹੜੇ ਸਾਡੀ ਜਨਰੇਸ਼ਨ ਆ ਉਹਨੇ ਆਪਣੇ ਆਪ ਨੂੰ ਇੰਨਾ ਬਿਜ਼ੀ ਕਰ ਲਿਆ ਸੰਸਾਰ 'ਚ ਉਹ ਪੈਸਿਆਂ ਦੀ ਦੌੜ ਚੰਨੀ ਲੱਗੀ ਹੋਈ ਆ ਕਿ ਉਸ ਦੇ ਆਲੇ-ਦੁਆਲੇ ਜਿਹੜਾ ਕੁਦਰਤੀ ਜਿਹੜੇ ਤੋਹਫੇ ਰੱਬ ਵੱਲੋਂ ਦਿੱਤੇ ਗਏ ਸੀ ਉਹ ਪਸ਼ੂ ਪੰਛੀ ਲਾ ਲਓ ਪੇੜ ਲਾ ਲਓ ਪਾਣੀ ਲਾ ਲਓ ਹੋਰ ਵੀ ਕਈ ਚੀਜ਼ਾਂ ਸੀ ਗਿਆ ਉਹ ਲੁਪਤ ਹੋ ਗਿਆ ਹੂੰ ਉਹਦਾ ਕਾਰਨ ਇਹ ਹੈ ਕਿ ਅਸੀਂ ਧਿਆਨ ਨਹੀਂ ਦਿੱਤਾ ਸਾਨੂੰ ਤਾਂ ਚੀਜ਼ ਦਿੱਤੀ ਗਈ ਹੈ ਜੀ ਅਸੀਂ ਸੰਭਾਲਿਆ ਨਹੀਂ ਜੀ ਕੁਦਰਤ ਨੇ ਦਿੱਤਾ ਦਿੱਤੀ ਦਿੱਤਾ ਪਰ ਅਸੀਂ ਸੰਭਾਲ ਨਹੀਂ ਸਕਿਆ ਇਹੀ ਕਾਰਨ ਆ ਕਿ ਅਸੀਂ ਕੁਦਰਤੀ ਜਿਹੜੀਆਂ ਕਰੋਪੀਆਂ ਉਹਦੇ ਸ਼ਿਕਾਰ ਹੁੰਨੇ ਆ ਕਦੇ ਹੜ ਆ ਗਏ ਕਦੇ ਸੋਕਾ ਆ ਗਿਆ ਸਭ ਮੈਂ ਥੋੜੇ ਟਾਈਮ ਪਹਿਲੇ ਇੱਕ ਇੰਟਰਵਿਊ ਦੇਖੀ ਸੀ ਇੱਕ ਭਾਈ ਸਾਹਿਬ ਪਗਸ ਸਿੰਘ ਬਾਰੇ ਬੱਚਿਆਂ ਨੂੰ ਪੁੱਛ ਰਹੀ ਕਰਤਾਰ ਸਿੰਘ ਸਰਾਬੇ ਬਾਰੇ ਪੁੱਛ ਰਹੀ ਸੀ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਉਹਨਾਂ ਨੇ ਕੀ ਕੀਤਾ ਤੇ ਉਹ ਕੌਣ ਹੈ ਤੇ ਤੁਸੀਂ ਸੋਚੋ ਕਿ ਜਿਹੜੇ ਪੰਛੀ ਅਸੀਂ ਸੰਭਾਲ ਰਿਹਾ ਤੇ ਇਹਦੇ ਕਿਸੇ ਚਾਰ ਪੰਛੀਆਂ ਦਾ ਨਾਮ ਲੈ ਲਓ ਪਬਲਿਕ ਨੂੰ ਨਹੀਂ ਪਤਾ ਜਾਂ ਬੱਚਿਆਂ ਨੂੰ ਨਹੀਂ ਪਤਾ ਉਹਨਾਂ ਦੇ ਸੁਭਾਅ ਬਾਰੇ ਤਾਂ ਪਤਾ ਕੀ ਹੋਣਾ ਹੈ ਸੁਭਾਅ ਤਾਂ ਦੂਰ ਦੀ ਗੱਲ ਹੈ ਜੀ ਪਤਾ ਹੀ ਨਾਮ ਹੀ ਨਹੀਂ ਪਤਾ ਹੋਣਾ ਮੈਂ ਹੁਣ ਜਿਵੇਂ ਪਹਿਲਾਂ ਸ਼ੁਰੂਆਤ ਚ ਗੱਲ ਕਰ ਰਿਹਾ ਸੀ ਕਿ ਵੀ ਲੋਕ ਕਹਿੰਦੇ ਕਾਂ ਬਣੇਰੇ ਤੇ ਬੋਲਣੋਂ ਹਟ ਗਿਆ ਮੋਬਾਈਲ ਜਦੋਂ ਬੋਲਣ ਲੱਗੇ ਕਾਹ ਕਿੱਥੋਂ ਬੋਲੂ ਪਹਿਲਾਂ ਹੁੰਦਾ ਸੀ ਕਿ ਆਟੇ ਦਾ ਪੇੜਾ ਡਿੱਗ ਪਿਆ ਹਾਂ ਜੀ ਹਾਂ ਜੀ ਕਾਂ ਬਣੇ ਰਹੇ ਤੇ ਬੋਲ ਪਿਆ ਤੇ ਇਹੀ ਸੁਨੇਹਾ ਹੁੰਦਾ ਸੀ ਕਿ মামਾ ਆਊਗਾ ਜਾਂ ਫੁੱਫੜ ਆਊਗਾ ਰਿਸ਼ਤੇਦਾਰ ਆਣ ਵਾਲੇ ਕਾਂ ਬੋਲ ਰਹੇ ਜੀ ਹਾਂਜੀ ਮੈਂ ਇਸ ਕਰਕੇ ਕਹ ਰਿਹਾ ਕੋ ਕਾਂ ਆਪਣੇ ਬਿਲਕੁਲ ਕਰੀਬ ਹੈ ਇਸ ਦੀ ਕਹਾਣੀ ਵੀ ਸੁਣਾਗੇ ਕਿ ਮਤਲਬ ਕਿੱਥੋਂ ਰੈਸਕਿਊ ਕੀਤਾ ਸਰ ਇਹ ਜਿਹੜੀਆਂ ਚੀਜ਼ਾਂ ਕਾਂ ਪੰਛੀਆਂ ਦੇ ਵਿੱਚ ਸਭ ਤੋਂ ਬੁੱਧੀਮਾਨ ਜਿਹੜਾ ਪੰਛੀ ਹੈ ਉਹ ਕਾਂ ਹੈ ਜੀ ਹੂੰ ਚਲਾਕ ਹੈ ਚਲਾਕ ਤਾਂ ਲੋਕ ਕਹਿੰਦੇ ਆ ਜੀ ਦੇਖੋ ਜਿਹੜਾ ਮਾਈਂਡ ਤੋਂ ਜ਼ਿਆਦਾ ਤੇਜ਼ ਹੋਏਗਾ ਉਹ ਅੱਜ ਦੀ ਜਨਰੇਸ਼ਨ ਉਹਨੂੰ ਚਲਾਕ ਕਹਿੰਦੀ ਹੈ ਪਰ ਦਿਮਾਗੀ ਬੰਦੇ ਹੀ ਸਾਰਾ ਕੁਝ ਬਣਾਉਂਦੇ ਆ ਤੋ ਕਾ ਇੰਨਾ ਦਿਮਾਗੀ ਹੁੰਦਾ ਹੈ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਕਿੱਥੇ ਤੱਕ ਜਾ ਸਕਦਾ ਜੀ ਇਹਨੂੰ ਖਾਣਾ ਕਿ ਨਾਣ ਵਲੇ ਇੰਨਾ ਚੁਸਤ ਹੁੰਦਾ ਜੀ ਹੁਣ ਇਹ ਜਿਹੜਾ ਪੰਛੀ ਸਾਡੇ ਕੋਲ ਜਿਹੜਾ ਕਾਇਦਾ ਨਾਂ ਸੀ ਇਹ ਫੀਮੇਲ ਹੈ ਰਾਣੀ ਨਾਂ ਰੱਖਿਆ ਹੋਇਆ ਦਾ ਹੂੰ ਇਹਨੂੰ ਸਾਰੀ ਨੋਲੇਜ ਹੈ ਕਿ ਅਸੀਂ ਕਿੰਨੇ ਕ ਵਜੇ ਆਣਾ ਹੈ ਕਿੰਨੇ ਵਜੇ ਇਹਨੂੰ ਫੂਡ ਪਾਵਾਂਗੇ ਹੁਣ ਵੀ ਦੇਖੋ ਇਹਨੂੰ ਪਤਾ ਇਹਦੀ ਗੱਲ ਹੋ ਰਹੀ ਹੈ ਤੇ ਪੂਰਾ ਪ੍ਰੋਪਰ ਹੈ ਇੰਨਾ ਮੈਂ ਮੈਂ ਆਪਣੀ ਲਾਈਫ ਚ ਇੰਨਾ ਜੇ ਤੁਸੀਂ ਕਹਿੰਦੇ ਕਿ ਇਹਨੂੰ ਦਿਖਦਾ ਨਹੀਂ ਹੈ ਦਿਖਾਈ ਨਹੀਂ ਦਿੰਦਾ ਇਹਨੂੰ ਬਲਾਈਂਡ ਦਾ ਸਰ ਥੋੜਾ ਜਿਵੇਂ ਦੂਰੋਂ ਦਿਖਦਾ ਨਹੀਂ ਨੇੜੇੋਂ ਆ ਕੇ ਚੀਜ਼ ਦਿਖਦੀ ਆ ਇਹਦੇ ਸਾਨੂੰ ਜਦੋਂ ਇਹ ਮਿਲਿਆ ਸੀ ਸੜਕ ਤੇ ਘੁੰਮ ਰਿਆ ਸੀ ਇਹਨੂੰ ਰੈਸਕਿਊ ਕਰਕੇ ਅਸੀਂ ਲਿਆ ਇਹਦੀ ਕੰਡੀਸ਼ਨ ਉਸ ਟਾਈਮ ਕ੍ਰਿਟੀਕਲ ਸੀਗੀ ਕਿਉਂਕਿ ਪਾਣੀ ਆ ਖਾਣਾ ਨਾ ਮਿਲਣ ਕਰਕੇ ਹੈਲਥ ਜਿਹੜੀ ਘੱਟ ਗਈ ਸੀ ਇਹਦੀ ਬਹੁਤ ਹਲਕਾ ਹੋ ਗਿਆ ਸੀ ਤੇ ਹੁਣ ਬਿਲਕੁਲ ਪ੍ਰੋਪਰ ਠੀਕ ਹੈ ਜੀ ਤੇ ਮਤਲਬ ਸਮਝ ਲਓ ਕਿ ਇਹਨੂੰ ਅਸੀਂ ਰੋਜ਼ ਪਹਿਲਾਂ ਅੰਦਰ ਵੜਦੇ ਸਾਰ ਸਵੇਰੇ 6-7 ਵਜੇ ਜਦੋਂ ਆਉਂਦੇ ਆ ਤਾਂ ਇਹਨੂੰ ਮਿਲਦੇ ਆ ਤੇ ਐਂਡ 'ਚ ਸਭ ਤੋਂ ਐਂਡ 'ਚ ਇਹਨੂੰ ਖਾਣਾ ਖਵਾਉਂਦੇ ਆ ਫਿਰ ਇਹਦੇ ਨਾਲ ਅੱਧਾ ਘੰਟਾ ਬੈ ਕੇ ਅਸੀਂ ਕੁਛ ਨਾ ਕੋਈ ਖੇਟੀ ਜਾਣਾ ਫੇਰ ਜਾਣਾ ਵਾਪਸ ਮਤਲਬ ਇਹ ਜਿਵੇਂ ਕਹਿੰਦੇ ਨੇ ਪੌਦੇ ਵੀ ਸ਼ਮਝਦੇ ਨੇ ਭਾਸ਼ਾ ਬੰਦੇ ਨੂੰ ਮਹਿਸੂਸ ਕਰਦੇ ਨੇ ਹਾਂਜੀ ਹਨਾ ਤਾਂ ਉਹ ਇਹ ਪੰਛੀ ਮਹਿਸੂਸ ਕਰਦੇ ਥੋਡੀਆਂ ਗੱਲਾਂ ਨੂੰ ਜਾਂ ਸਮਝਦੇ ਨੇ ਸਰ ਇਹਨਾਂ ਨੂੰ ਸਪੱਤ ਹੈ ਜੀ ਜਿਵੇਂ ਹੁਣ ਕੁਛ ਪੰਛੀ ਐਸੇ ਐਸਾ ਡਿਕੋਲ ਮੈਂ ਤੁਹਾਨੂੰ ਦਿਖਾਵਾਂਗਾ ਕੈਮਰਾ ਤੁਸੀਂ ਦਿਖਾ ਸਕਦੇ ਹੋ ਇਸ ਸਾਈਡ ਇਹ ਪੰਛੀ ਪੈਰਾਲਾਈਜ਼ਡ ਹੈ ਤੇ ਇਹ ਖੁਦ ਖਾਣਾ ਨਹੀਂ ਖਾ ਸਕਦੇ ਹਮ ਬੜੀ ਨੂੰ ਇੰਨੀ ਹੱਥ ਦੀ ਪਛਾਣ ਹੈ ਜਦੋਂ ਮੈਂ ਇਹਨੂੰ ਫੜਾਂਗਾ ਤੇ ਆਪਣੇ ਆਪ ਨੂੰ ਸਿਲੰਡਰ ਕਰ ਦਿੰਦਾ ਕਿਉਂਕਿ ਇਹਨੂੰ ਪਤਾ ਕਿ ਹੁਣ ਮੇਰਾ ਖਾਣੇ ਦਾ ਟਾਈਮ ਆ ਰਹੀ ਬੰਦਾ ਮੈਨੂੰ ਖਾਣਾ ਖਵਾਏਗਾ ਨਹੀਂ ਤਾਂ ਜੇ ਤੁਹਾਡੇ ਹੱਥ 'ਚ ਮਹਿਸੂਸ ਕਰ ਲਿਆ ਹਾਂਜੀ ਮਹਿਸੂਸ ਕਰ ਲਿਆ ਮਾਲਾ ਜੋ ਮੇਰੇ ਅਰگە ਬੰਦਾ ਜੇ ਦੂਸਰੀ ਆਪ ਪਾਓਗੇ ਤੁਹਾਡੇ ਨੇੜੇ ਨਹੀਂ ਆਣਗੇ ਫੜਫੜ ਆਏਗਾ ਜਾਂ ਭੱਜੇਗਾ ਤੁਹਾਡੇ ਤੋਂ ਤੂੰ ਇਹਨਾਂ ਨੂੰ ਸਭ ਸਮਝ ਹੁੰਦੀ ਹੈ ਜੀ ਇਹ ਬਿਮਾਰੀਆਂ ਪੈਰਾਲਾਈਜ਼ ਜਾਂ ਜਿਹੜੀਆਂ ਬਿਮਾਰੀਆਂ ਬੰਦੇ ਮਹਿਸੂਸ ਕਰਦੇ ਆ ਕਿ ਵੀ ਇਹ ਸਾਡੇ ਮਨੁੱਖਾਂ ਦੇ ਵਿੱਚ ਜਾਦੇ ਨਹੀਂ ਇਹ ਪੰਛੀਆਂ ਤੇ ਵੀ ਹੋ ਰਹੀਆਂ ਨੇ ਸਰ ਸਾਰੀਆਂ ਬਿਮਾਰੀਆਂ ਜਾਨਵਰਾਂ ਤੋਂ ਜਿਹੜੀ ਮੈਡੀਸਨ ਬਣਦੀ ਆ ਜਾਂ ਕੁਝ ਵੀ ਨਵੀਂ ਚੀਜ਼ ਹਜ਼ਾਤ ਹੁੰਦੀ ਆ ਉਹ ਇਹਨਾਂ ਉੱਤੇ ਟੈਸਟ ਕੀਤਾ ਜਾਂਦਾ ਤੁਸੀਂ YouTube ਤੇ ਸਰਚ ਕਰ ਸਕਦੇ ਹੋ ਜਾਨਵਰਾਂ ਤੇ ਹੀ ਪਹਿਲਾਂ ਇੰਜੈਕਸ਼ਨ ਦਵਾਈਆਂ ਸਭ ਟੈਸਟ ਕੀਤੀਆਂ ਜਾਂਦੀਆਂ ਤਾਂ ਸਾਡਾ ਸਾਰਾ ਕੁਝ ਕਾਮਨ ਹੈ ਜਿੰਨੇ ਬਾਡੀ ਪਾਰਟ ਸਾਡੇ ਇਨਸਾਨ ਦੇ ਅੰਦਰ ਹੁੰਦੀਆਂ ਨੇ ਉਹਨਾਂ ਕੋਈ ਦਿਲ ਹੈ ਜੀ ਲੀਵਰ ਕਿਡਨੀ ਸਾਰਾ ਕੁਝ ਹੁੰਦਾ ਹੈ ਇਹਨਾਂ ਦੇ ਅੰਦਰ ਜੀ ਤੇ ਸੇਮ ਚੀਜ਼ ਹੁੰਦੀ ਆ ਦਿਮਾਗ ਵੀ ਹੁੰਦਾ ਔਰ ਸੋਚੋ ਸਾਡਾ ਤਾਂ ਐਡਾ ਦਿਮਾਗ ਹੈ ਇਹਨਾਂ ਦਾ ਛੋਟਾ ਜਿਹਾ ਦਿਮਾਗ ਹੁੰਦਾ ਕੀੜੀ ਦਾ ਕਿੰਨਾ ਦਿਮਾਗ ਹੋਏਗਾ ਹੂੰ ਕੋਸ ਕੁਦਰਤ ਨੇ ਸਾਰਿਆਂ ਨੂੰ ਇੱਕੋ ਜਿਹਾ ਸਭ ਬਣਾਇਆ ਪਰ ਅਸੀਂ ਆਪਣੇ ਆਪ ਨੂੰ ਨੋਚਾ ਕਰ ਲਿਆ ਜਾਤ ਪਾਤ ਚ ਲਿਆਏ ਨੀਵਾ ਉੱਚਾ ਆ ਬਣਾ ਲਿਆ ਜੀ ਪੰਚਾ ਜਿਹੜੇ ਡੌਗ ਨੂੰ ਅੱਜ ਮੈਂ ਤਾਂ ਇਹ ਕਹਾਣੀਆਂ ਸੁਣੀਆਂ ਬਜ਼ੁਰਗਾਂ ਨੂੰ ਕਿ ਰੋਟੀ ਜਿਹੜੀ ਕੁੱਤੇ ਦੀ ਹਿੱਸੇ ਦੀ ਇਨਸਾਨ ਨੂੰ ਦੇ ਦਿੱਤੀ ਗਈ ਸੀ ਤੇ ਉਮਰ ਵੀ ਤੇ ਇਨਸਾਨ ਜਾਨਵਰਾਂ ਨੂੰ ਜਿਹੜੇ ਕੁੱਤੇ ਹੁੰਦੇ ਹਨ ਉਹਨਾਂ ਨੂੰ ਖਾਣਾ ਪਾਏਗਾ ਪਰ ਅੱਜ ਦੇ ਟਾਈਮ ਕੁੱਤਿਆਂ ਨੂੰ ਠੋਡੇ ਪੈ ਰਹੇ ਜੀ ਖਾਣਾ ਤਾਂ ਮਿਲਦਾ ਨਹੀਂ ਹੂੰ ਕਿਉਂਕਿ ਇਹ ਲੋਕ ਕਹਿੰਦੇ ਗੰਦਗੀ ਪਾ ਰਹੇ ਜੀ ਇਨੂੰ ਕੱਢੋ ਜੀ ਇਹਨੂੰ ਟੀਕਾ ਲਵਾ ਦਿਓ ਜੀ ਇਹਨੂੰ ਚੱਕ ਲੋ ਜੀ ਲੋਕ ਇੱਥੋਂ ਤੱਕ ਕੇ ਸਾਨੂੰ ਫੋਨ ਆਉਂਦੇ ਆ ਕਿ ਅਸੀਂ 20 20 30 000 ਦੇਣ ਨੂੰ ਤਿਆਰ ਆ ਸਾਡੀ ਗਲੀ ਚੋ ਕੁੱਤੇ ਚੱਕ ਕੇ ਲੈ ਪਰ ਐਕਸੀਡੈਂਟ ਵੀ ਵਾਪਰਦੇ ਨੇ ਬਹੁਤ ਥਾਵਾਂ ਤੇ ਦੇਖਿਆ ਕਿ ਬੱਚਿਆਂ ਨੂੰ ਜਿਹੜੇ ਆਵਾਰਾ ਕੁੱਤੇ ਨੂੰ ਪੈ ਜਾਂਦੇ ਨੇ ਦੇਖੋ ਮੇਰੀ ਗੱਲ ਸੁਣੋ ਰੱਜਿਆ ਬੰਦਾ ਕਦੀ ਚੋਰੀ ਨਹੀਂ ਕਰਦਾ ਹੂੰ ਚੋਰੀ ਕਿਉਂ ਹੁੰਦੀ ਹੈ ਕਿਸੇ ਮੱਲੇ ਚੋਰੀ ਹੁੰਦੀ ਹੈ ਉਹਦਾ ਕਾਰਨ ਪਹਿਲਾਂ ਇਹ ਹੁੰਦਾ ਸੀ ਕਿ ਉਹਨੂੰ ਰੋਟੀ ਨਹੀਂ ਮਿਲੀ ਕੋਈ ਬੰਦਾ ਪੈਸੇ ਨਹੀਂ ਹੈ ਹਾਂਜੀ ਚੋਰੀ ਦਾ ਕਾਰਨ ਪਹਿਲਾਂ ਇਹ ਸੀ ਹੁਣ ਤਾਂ ਚਲੋ ਨਸ਼ੇ ਹੋ ਗਏ ਪਰ ਜਦੋਂ ਕੋਈ ਚੀਜ਼ ਰੱਜੀ ਹੋਏਗੀ ਭਾਵੇਂ ਉਹ ਜਾਨਵਰ ਆ ਇਨਸਾਨ ਹੈ ਜੇ ਉਹ ਪੇੜ ਪਰ ਆਇਆ ਉਹਨੂੰ ਕਿਸੇ ਕੋਈ ਦਿੱਕਤ ਹੀ ਨਹੀਂ ਮੱਲੇ ਚ ਕੋਈ ਰੋਟੀ ਤਾਂ ਪੰਦਾ ਨਹੀਂ ਜੀ ਹੂੰ ਠੀਕ ਹੈ ਜੀ ਉਹ ਵਿਚਾਰਾ ਕਿੱਥੋਂ ਫੂਡ ਚੱਕ ਕੇ ਲਿਆਂਦਾ ਜਾਂ ਉਹਨੇ ਕਿੱਥੇ ਚੀਜ਼ ਛੁਪਾਈ ਹੁੰਦੀ ਹੈ ਕੁੱਤਿਆਂ ਦੀ ਆਦਤ ਹੁੰਦੀ ਹੈ ਉਹ ਜਿਹੜਾ ਫੂਡ ਖਾ ਲੈਂਦੇ ਆ ਜੋ ਬਚ ਜਾਂਦਾ ਉਹਨੂੰ ਕਿਸੇ ਚੀਜ਼ ਤੇ ਲੁਕਾ ਦਿੰਦੇ ਆ ਜਦੋਂ ਉਹਨੂੰ ਲੱਗਦਾ ਕੋਈ ਇਨਸਾਨ ਉਹਦੇ ਫੂਡ ਵੱਲ ਜਾ ਰਿਹਾ ਹੈ ਜਾਂ ਉਹਦੇ ਏਰੀਆ ਚ ਆ ਰਿਹਾ ਤਾਂ ਉਹ ਬਾਈਟ ਕਰਦਾ ਹੂੰ ਬਾਈਟ ਕਰਨ ਦੇ ਕਈ ਕਾਰਨ ਆ ਇਹ ਨਹੀਂ ਆ ਕਿ ਬਿਨਾਂ ਕਿ ਪਰ ਸੱਪ ਵੀ ਆਪਾਂ ਕਹਿੰਦੇ ਆ ਕਿ ਸੱਪ ਸਿੱਧਾ ਡੰਗ ਨਹੀਂ ਮਾਰਦਾ ਜੇ ਤੁਸੀਂ ਉਹਨੂੰ ਮਤਲਬ ਨੁਕਸਾਨ ਪਹੁੰਚਾਉਣ ਦੀ ਸਥਿਤੀ 'ਚੋਂ ਤਾਂ ਫੇਰ ਤੁਹਾਨੂੰ ਥੋੜੇ ਤੇ ਵਾਰ ਕਰਦਾ ਦੇਖੋ ਸਰ ਹਰ ਚੀਜ਼ ਆਪਣਾ ਪ੍ਰੋਟੈਕਟ ਕਰਦੀ ਹੈ ਜੇ ਤੁਹਾਡੇ ਕਾਰਨ ਜੇ ਅਚਾਨਕ ਹੀ ਕੋਈ ਵੱਢ ਜਾਏ ਤੁਸੀਂ ਕੀ ਕਰੋਗੇ ਹੂੰ ਜਦੋਂ ਤੁਹਾਡੇ ਘਰ ਦੋ ਬੋਧ ਹੋ ਰਾਤ ਦੇ 2-3 ਵਜੇ ਬੈਲ ਮਾਰਦਾ ਨਾ ਤੁਸੀਂ ਪਹਿਲਾਂ ਡਾਂਗ ਚੱਕਦੇ ਹੋ ਹੂੰ ਹੈਨਾ ਇਹ ਇਹ ਸੁਬਾ ਹੈ ਜੀ ਤੇ ਉਹ ਜਿਹੜਾ ਜਾਨਵਰ ਹੈ ਉਹਦੇ ਉਹਦੇ ਮਨ 'ਚ ਮਨਛਾ ਨਹੀਂ ਹੁੰਦੀ ਕੱਟਣ ਦੀ ਕਿਉਂਕਿ ਜੇ ਉਹਨੇ ਕੱਟਣਾ ਹੀ ਹੋਏ ਕਿੰਨੇ ਕੇਸ ਆਨ ਰੋਸ ਸਵੇਰੇ ਕਿੱਥੇ ਕੁੱਤਾ ਕੱਟ ਗਿਆ ਜਿੱਥੇ ਕੁੱਤਾ ਕੱਟ ਗਿਆ ਜਿਵੇਂ ਬਹੁਤ ਸਾਰੇ ਪੰਛੀ ਤੁਸੀਂ ਅੰਦਰ ਰੱਖੇ ਹੋਇਆ ਕੋ ਕਬੂਤਰ ਨੇ ਜਾਂ ਘਗੀਆਂ ਵੀ ਤੁਹਾਡੇ ਕੋਲੇ ਹੈਗੀਆਂਗਾ ਬਤਕਾਂ ਨੇ ਕੁੱਕੜ ਵੀ ਅੰਦਰ ਬੋਲ ਰਿਹਾ ਕੁੱਕੜ ਬਾਂਗਾ ਦੇ ਰਿਹਾ ਸ਼ਾਮ ਦੇ ਟਾਈਮ ਹੀ ਬਾਂਗਾ ਦੇ ਰਿਹਾ ਸਵੇਰੇ ਦਿੰਦਾ ਇਹ ਆਪਸ ਦੇ ਵਿੱਚ ਸੁਭਾਅ ਉਹ ਮੇਲ ਖਾ ਜਾਂਦਾ ਕਿ ਲੜਦੇ ਪੈਂਦੇ ਨੇ ਜਾਂ ਕਿਉਂਕਿ ਪਹਿਲਾਂ ਹੀ ਉਹਨਾਂ ਦੇ ਸੱਟ ਫੇਟ ਲੱਗੀ ਆ ਕਈ ਵਾਰੀ ਆਪਸ ਚ ਲੜਾਈ ਹੋ ਜਾਂਦੀ ਤੁਹਾਨੂੰ ਸਭ ਤੋਂ ਯੂਨੀਕ ਚੀਜ਼ ਦੱਸਦਾ ਜੀ ਮੈਂ ਇਨਸਾਨਾਂ ਚ ਤਾਂ ਨਹੀਂ ਹੋਈਗੀ ਪਰ ਜਾਨਵਰਾਂ ਚ ਹੈਗੀ ਜਿੰਨੇ ਵੀ ਇਹ ਜਾਨਵਰ ਹੈ ਨਾ ਇੱਕ ਦੂਜੇ ਨਾਲ ਰਹਿ ਨਹੀਂ ਸਕਦੇ ਹੂੰ ਤੁਸੀਂ ਕਿਸੇ ਬੰਦੇ ਘਰ ਰਹਿ ਸਕਦੇ ਬੰਦੇ ਤਾਂ ਚਲੋ ਕਿੱਥੇ ਵੀ ਨਹੀਂ ਰਹਿ ਸਕਦੇ ਉਹ ਤਾਂ ਬੰਦਾ ਦੋ ਬੰਦੇ ਨਹੀਂ ਮਿਲ ਕੇ ਰਹਿ ਸਕਦੇ ਅੱਜ ਕੱਲ ਦਾ ਜੀ ਇਹਨਾਂ ਚ ਇਹ ਕੁਆਲਿਟੀ ਹੈ ਕਿ ਇਹ ਹੁਣ ਮੇਰੇ ਕੋਲ ਕਬੂਤਰ ਹੋ ਗਏ ਜੀ ਹੁਣ ਤੁਸੀਂ ਸੋਚੋ ਇੱਕ ਉੱਲੂ ਸ਼ਿਕਾਰੀ ਹੈ ਜੀ ਅਸੀਂ ਕਬੂਤਰਾਂ ਛੱਡਿਆ ਹੋਇਆ ਉਹਨੂੰ ਸ਼ਿਕਾਰੀ ਉੱਲੂ ਸ਼ਿਕਾਰੀ ਉੱਲੂ ਉਹ ਸਾਨੂੰ ਮਿਲਿਆ ਸੀ ਇੰਜਰਡ ਹੈ ਉਹ ਉਹਦਾ ਮਾਸ ਖਾਂਦਾ ਪਰ ਜਦੋਂ ਸਾਡੇ ਕੋਲ ਆ ਉਹ ਨਿੱਕ ਵੀ ਪੰਛੀ ਨੂੰ ਨਹੀਂ ਮਾਰਦਾ ਸਡੇ ਕੋਲ ਬਾਜ ਹੈ ਉਹ ਨਹੀਂ ਪੰਛੀਆਂ ਨੂੰ ਮਾਰਦੇ ਤੇ ਸਾਡੇ ਇੱਥੇ ਚੂਹੇ ਬਹੁਤ ਸੀਗੇ ਜੀ ਨਹੀਂ ਉਹਨਾਂ ਨੂੰ ਲੱਗਣ ਲੱਗ ਗਿਆ ਵੀ ਵੀ ਸਾਡਾ ਪਰਿਵਾਰ ਹੈ ਜਾਂ ਇਸ ਸਰ ਮੋਂ ਰਹਿੰਦੇ ਆ ਪਰਿਵਾਰ ਨਾਲ ਰਹਿੰਦੇ ਆ ਜੀ ਤੁਸੀਂ ਅੰਦਰ ਵੀਡੀਓ ਦੇਖੋ ਬਣਾਓਗੇ ਦੇਖੋਗੇ ਤੁਸੀਂ ਫੀਲ ਕਰੋਗੇ ਕਿ ਕਬੂਤਰ ਬਾਜ ਮੁਰਗੀ ਬਤਕਾਂ ਸਭ ਇਕੱਠੀਆਂ ਰਹਿ ਰਹੀਆਂ ਕਿਸੇ ਨੂੰ ਕੋਈ ਕੁਝ ਨਹੀਂ ਕਹਿੰਦਾ ਸਾਰਿਆਂ ਨੂੰ ਬਰਾਬਰ ਦਾ ਖਾਣਾ ਮਿਲਦਾ ਉਹਨਾਂ ਦੀ ਜਗ੍ਹਾ ਬਣਾਈ ਹੋਈ ਹੈ ਉੱਤੇ ਉੱਤੇ ਫੂਡ ਪਾ ਦਿੰਨੇ ਆ ਇਹ ਤਾਂ ਨਹੀਂ ਹੈ ਵੀ ਖਾਣਾ ਜਿਹੜਾ ਜਿਹੜਾ ਪੰਛੀ ਆ ਜ਼ਿਆਦਾਤਰ ਪੰਛੀ ਪਰ ਇਹ ਵੀ ਸੁਭਾਅ ਦੱਸੋ ਵੀ ਖਾਂਦੇ ਜਿਵੇਂ ਅਕਸਰ ਕਹਿੰਦੇ ਕਿ ਪੰਛੀ ਜ਼ਿਆਦਾਤਰ ਮਤਲਬ ਦਾਣਾ ਖਾਂਦੇ ਨੇ ਜਿਵੇਂ ਬਹੁਤ ਜਿਹੇ ਬਾਜ ਦੀ ਗੱਲ ਕਰਦੇ ਬਾਜ ਤਾਂ ਮਾਸ ਖਾਂਦਾ ਹੈ 80% ਪੰਛੀ ਜਿਹੜੇ ਹੈਗੇ ਨਾਨ-ਵੈਜੀਟੇਰੀਅਨ ਹੁੰਦੇ ਆ ਮਾਸ ਖਾਂਦੇ 80% 80% ਕੀੜੇ ਖਾਂਦੇ ਆ ਜੀ ਮੱਛਰ ਕੀੜੇ ਟਿੱਡੀਆਂ ਮਾਸ ਖਾ ਲੈਂਦੇ ਆ ਥੋੜਾ ਤਾਂ ਕੁੱਕੜ ਵੀ ਮਾਸ ਖਾਂਦਾ ਕਹਿੰਦੇ ਖਾਂਦੇ ਜੀ ਜਿੱ ਇੱਕ ਮੁਰਗਾ ਤੁਸੀਂ ਜੇ ਕਿਸੇ ਨੇ ਘਰ ਮੁਰਗੇ ਰੱਖਿਆ ਉਹਨੂੰ ਮਾੜੀ ਜਿਹੀ ਕਲੇਜੀ ਪਾ ਕੇ ਦੇਖੋ ਖਾ ਜਾਏਗਾ ਹੂੰ ਖਾਂਦੇ ਆ ਇਹਨਾਂ ਦਾ ਸੁਭਾਅ ਆ ਸਰੇ ਅਸੀਂ ਸਟੱਡੀ ਨਹੀਂ ਕੀਤੀ ਨਾ ਅਸੀਂ ਗੌਰ ਹੀ ਨਹੀਂ ਕੀਤਾ ਹੂੰ ਅਸੀਂ ਬਿਜ਼ੀ ਬਹੁਤ ਹੋ ਗਏ ਜੀ ਲਾਈਫ ਵਿੱਚ ਫਿਰ ਤੁਹਾਡੀ ਇਸ ਤੇ ਸਟੱਡੀ ਆ ਕੋਈ ਮੰਨ ਲਓ ਜਿਵੇਂ ਤੁਸੀਂ ਕਿਸੇ ਪੰਛੀ ਦੇ ਸੁਭਾਅ ਮੁਤਾਬਕ ਜਾਂ ਉਹਦੀ ਕੋਈ ਹੱਡੀ ਟੁੱਟੀ ਆ ਜਾਂ ਉਹਨੂੰ ਕਿਸ ਤਰ੍ਹਾਂ ਦੀ ਸੱਟ ਲੱਗੀ ਹੋਈ ਉਹ ਦੇਖਦੇ ਹੋ ਫਿਰ ਸਰ ਐਕਸਪੀਰੀਅੰਸ ਹੋ ਗਿਆ ਜੀ 10 12 ਸਾਲ ਹੋ ਗਏ ਇਸ ਲਾਈਨ ਚ ਤੇ ਪਹਿਲਾਂ ਤਾਂ ਕੁਝ ਵੀ ਸਮਝ ਨਹੀਂ ਹੁੰਦੀ ਸੀ ਬਸ ਸ਼ੌਂਕ ਹੁੰਦਾ ਸੀ ਕਿਉਂਕਿ ਮੈਂ ਸਿੱਖ ਫੈਮਿਲੀ ਨੂੰ ਬਿਲੋਂਗ ਕਰਦਾ ਤਾਂ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੀ ਫੋਟੋ ਇੱਕ ਮੇਰੇ ਘਰ ਚਾਚਾ ਵੀ ਮੇਰੇ ਬਚਪਨ ਤੋਂ ਲੈ ਕੇ ਹੁਣ ਤੱਕ ਹੈਗੀ ਆ ਜੀ ਤੇ ਉਹ ਬਾਜ ਕੋਲ ਬੈਠਾ ਬਹੁਤ ਯੂਨੀਕ ਲੱਗਦਾ ਸੀ ਕਿਉਂਕਿ ਤੁਸੀਂ ਸੋਚੋ ਤੁਸੀਂ ਜਦੋਂ ਵੱਡੇ ਹੁੰਦੇ ਤੁਸੀਂ ਇਨਸਾਨ ਦੇਖ ਲੈਂਦੇ ਹੋ ਜਾਨਵਰ ਦੇਖ ਲੈਂਦੇ ਹੋ ਤੇ ਇੱਕ ਫੋਟੋ ਦੇ ਵਿੱਚ ਇੱਕ ਬੰਦਾ ਬਾਜ ਕੋਲ ਬਿਠਾ ਕੇ ਖੜਾ ਤੇ ਉਹ ਉਹਦੀ ਪਰਸਨੈਲਿਟੀ ਗੁਰਗੋਬਿੰਦ ਸਿੰਘ ਮਹਾਰਾਜ ਬਹੁਤ ਵੱਡੀ ਹਸਤੀ ਹੈ ਤੇ ਉਹ ਬਾਜ ਰੱਖਣ ਦਾ ਕਾਰਨ ਕੀ ਹੈ ਹੂੰ ਛੇਵੇਂ ਪਾਤਸ਼ਾਹ ਨੇ ਵੀ ਬਾਜ ਰੱਖਿਆ ਸੀ ਦਸਵੇਂ ਪਾਤਸ਼ਾਹ ਨੇ ਵੀ ਬਾਜ ਰੱਖਿਆ ਤੇ ਉਹ ਬਾਜ ਮੈਨੂੰ ਬਸ ਉਹ ਜਿਹੜੀ ਮੇਰੀ ਲਿਵ ਸੀਗੀ ਉਹ ਬਾਜ ਨਾਲ ਲੱਗਦੀ ਸੀ ਚਰਚਾ ਬਹੁਤ ਹੁੰਦੀ ਹੈ ਉਸ ਦੇ ਉੱਤੇ ਤੁਹਾਡੇ ਕੋਲੇ ਵੀ ਆਪਾਂ ਬਾਜ ਜਿਹੜੇ ਦੇਖਿਆ ਉਹਦੀ ਫੁਟੇਜ ਵੀ ਕੋਸ਼ਿਸ਼ ਕਰਾਂਗੇ ਨਾਲ ਨਾਲ ਚੱਲ ਸਕੇ ਕਿਉਂਕਿ ਬਹੁਤ ਪੰਜੇ ਦੀ ਬਹੁਤ ਪਕੜ ਹੁੰਦੀ ਹੈ ਉਹ ਬਾਜ ਕਿਸ ਨਸਲ ਉਹ ਪੈਰਾਗ੍ਰਾਈਨ ਹੁੰਦਾ ਜੀ ਵਾਈਟ ਪੈਰਾਗ੍ਰਾਈਨ ਹੂੰ ਉਹ ਆਪਣੇ ਇੱਥੇ ਤੁਹਾਨੂੰ ਪਹਾੜਾਂ ਦੇ ਵਿੱਚ ਹਿਮਾਚਲ ਚ ਦੇਰਾਦੂੰਨ ਸਾਈਡ ਮਿਲੇਗਾ ਪਹਾੜਾਂ ਤੇ ਉੱਚੀਆਂ ਥਾਵਾਂ ਤੇ ਰਹਿੰਦਾ ਉਹ ਜੀ ਤੇ ਉਹਦੀ ਸਪੀਡ 320 ਪਰ ਆਵਰ ਹੁੰਦੀ ਹੈ ਕਿਲੋਮੀਟਰ ਦੇ ਹਿਸਾਬ ਸੇ ਮਤਲਬ 1 ਘੰਟੇ ਦਿੱਲੀ ਚਲਾ ਜਾਏਗਾ ਜੀ 1 ਘੰਟੇ ਚ 1 ਘੰਟੇ ਦਿੱਲੀ ਪਹੁੰਚ ਜਾਏਗਾ ਤੇ ਉਹਦਾ ਸ਼ਿਕਾਰ ਕਰਨ ਦਾ ਤਰੀਕਾ ਇਹ ਆ ਜਰ ਉਹ ਜ਼ਿਆਦਾਤਰ ਤਾਂ ਅਸਮਾਨ 'ਚ ਹੀ ਸ਼ਿਕਾਰ ਕਰਦਾ ਤੁਸੀਂ ਕਦੀ ਵੀ ਉਹਨੂੰ ਬਨੇਰੇ ਤੇ ਬੈਠੇ ਟਾਵਰ ਤੇ ਬੈਠੇ ਨਹੀਂ ਦੇਖੋਗੇ ਹੂੰ ਉਹ ਉੱਚੀ ਉੱਤੇ ਰਹਿੰਦਾ ਆਪਣਾ ਸ਼ਿਕਾਰ ਕਰਦਾ ਹਵਾ 'ਚ ਹੀ ਕਰਦਾ ਹਵਾ 'ਚ ਹੀ ਸ਼ਿਕਾਰ ਹਵਾ 'ਚ ਫਿਰ ਕਕਸਤੀ ਦਾ ਸ਼ਿਕਾਰ ਕਰਦਾ ਸਰ ਜਿਹੜੇ ਪੰਛੀ ਉੱਡਦੇ ਆ ਜੀ ਉੱਪਰ ਉਹਨਾਂ ਉਹਨਾਂ ਦਾ ਸ਼ਿਕਾਰ ਕਰ ਲੈਂਦਾ ਜੀ ਜਿਵੇਂ ਬਹੁਤ ਸਾਰੀਆਂ ਵੀਡੀਓ ਆਉਂਦੀਆਂ ਜਿਵੇਂ ਮਤਲਬ ਬਾਜ ਦੀਆਂ ਜਾਂ ਕਿਸੇ ਹੋਰ ਪੰਛੀ ਦੀਆਂ ਉਹ ਮੱਛੀ ਤੱਕ ਜਿਵੇਂ ਸਮੁੰਦਰ ਦੇ ਅੰਦਰ ਹੁੰਦੇ ਨੇ ਹਾਂਜੀ ਹਾਂਜੀ ਸਪੀਡ ਹੁੰਦੀ ਆ ਸਰ ਇਹ ਨਿਗਾਹਬੋਨੀ ਤੇਜ਼ ਹੁੰਦੀ ਆ ਬਹੁਤ ਤੇਜ਼ ਹੁੰਦੀ ਆ ਸਰ ਤੁਸੀਂ ਨਾ ਕਿਸੇ ਤਰ੍ਹਾਂ ਦਾ ਜ਼ਿਕ-ਜ਼ੈਗ ਬਣਾ ਦਿਓ ਮੈਂ ਪਹਿਲਾਂ ਵੀ ਕਈ ਇੰਟਰਵਿਊਜ਼ ਕਿਹਾ ਕਿ ਤੁਸੀਂ ਇੱਕ ਐਸਾ ਮਾਹੌਲ ਬਣਾ ਦਿਓ ਕਿ ਜ਼ਿਕ-ਜ਼ੈਗ ਸਮਝਦੇ ਹੋ ਨਾ ਕਿ ਰਸਤੇ ਰੋਗ ਦੋ ਚਾਰ ਪੰਜ ਤਰੀਕੇ ਨਾਲ ਜਦੋਂ ਉਹ ਬੈਠੇਗਾ ਜਦੋਂ ਉਹਨੇ ਉਡਣਾ ਨਾ ਉਹ 1 ਸੈਕਿੰਡ ਲਈ ਦੇਖੇਗਾ ਉਸ ਤੋਂ ਬਾਅਦ ਉਹ ਦਰੋਂ ਲੰਘ ਜਾਏਗਾ ਉਹ ਕਿਤੇ ਵੀ ਟਕਰਾਏਗਾ ਨਹੀਂ ਕਿਤੇ ਨਹੀਂ ਟਕਰਾਏਗਾ ਕਿਤੇ ਨਹੀਂ ਟਕਰਾਏਗਾ ਉਹਨੇ ਆਪਣੇ ਟਾਰਗੇਟ ਇੱਕ ਵਾਰ ਸੈੱਟ ਕਰ ਲਿਆ ਹਾਂਜੀ ਇੱਕ ਵਾਰ ਟਾਰਗੇਟ ਸੈੱਟ ਕਰ ਲਿਆ ਤਾਂ ਉਹਨੇ ਉਹਨੂੰ ਫੜ ਲੈਣਾ ਜੀ ਜਿਵੇਂ ਮਾਸ ਉਸ ਪੰਛੀ ਦਾ ਸੁਭਾਅ ਹੈ ਕਿ ਉਹ ਮਾਸ ਖਾਣਾ ਹੈ ਪਰ ਬਹੁਤ ਥਾਵਾਂ ਤੇ ਤਾਂ ਇਹ ਵੀ ਕੇਸ ਹੋਣ ਨੂੰ ਮਿਲਿਆ ਤੁਸੀਂ ਵੀ ਦੱਸ ਰਹੇ ਸੀ ਕਿ ਵੀ ਪੰਛੀ ਉਹਦਾ ਸੁਭਾਅ ਜੇ ਉਹ ਸ਼ੇਰ ਕਹਿੰਦੇ ਕਿ ਮਾਸ ਖਾਂਦਾ ਹੈ ਅਸੀਂ ਉਹਨੂੰ ਫਲ ਫਰੂਟ ਨਹੀਂ ਖਵਾ ਸਕਦੇ ਤੇ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਬਾਅਦ ਨੂੰ ਫਰੂਟ ਕਿਉਂ ਲਾਗੇ ਸਾਡੇ ਕੋਲ ਕਈ ਵਾਰ ਫੋਨ ਆ ਜਾਂਦਾ ਜੀ ਕਈਆਂ ਦੇ ਘਰ गिर ਜਾਂਦਾ ਲੋਕ ਕੁਝ ਲੋਕ ਤਾਂ ਫੋਨ ਨਾਲ ਦੇ ਨਾਲ ਕਰ ਦਿੰਦੇ ਆ ਹੂੰ ਕੁਝ ਲੋਕ ਐਸੇ ਹੁੰਦੇ ਆ ਜਿਹੜੇ ਬਾਜ ਨੂੰ ਰੱਖ ਦੇਖ ਲੈਣੇ ਸਾਡੇ ਘਰ ਗਿਰਿਆ ਹੂੰ ਜਾਂ ਉਹ ਪਾਣੀ ਦੀ ਕਮੀ ਕਰਕੇ ਗਿਰਦਾ ਸਰ ਕਿਹਾ ਗਰਮੀ ਬਹੁਤ ਹੋ ਜੂਦਾ ਟੈਂਪਰੇਚਰ 107 ਹੁੰਦਾ ਟੈਂਪਰੇਚਰ ਦਾ ਨਾਰਮਲ ਜੀ ਜੇ ਉਹ ਥੋੜਾ ਜਿਹਾ ਵਜੇ ਤਾਂ ਉਹ ਥੋੜਾ ਜਿਹਾ ਜਿਵੇਂ ਆਪਾਂ ਨੂੰ ਕਹਿੰਦੇ ਨੇ ਚੱਕਰ ਆ ਗਿਆ ਏਦਾਂ ਏਦਾਂ ਦਾ ਸਿਸਟਮ ਹੋ ਜਾਂਦਾ ਗਿਰ ਜਾਂਦਾ ਥੱਲੇ ਹੂੰ ਤਾਂ ਪਾਣੀ ਪੁਣੀ ਪਲਾ ਦੋ ਉਹਨੂੰ ਠੀਕ ਹੋ ਜਾਂਦਾ ਉੱਡ ਜਾਂਦਾ ਦੁਬਾਰਾ ਤੇ ਕੁਝ ਲੋਕਾਂ ਦੇ ਘਰ ਜਦੋਂ ਗਿਰਦਾ ਲੋਕ ਘਾਣ ਲਿਆਨੇ ਦੱਜ਼ੇ ਨਹੀਂ ਉਹ ਸੋਦੇ ਅਸੀਂ ਰੱਖ ਲਾਂਗੇ ਪਰ ਉਹ ਮਾਸ ਨਹੀਂ ਖਵਾ ਪੰਦੇ ਉਹਨੂੰ ਕੋਈ ਰੋਟੀ ਖਵਾ ਦਿੰਦਾ ਕੋਈ ਦਾਣੇ ਪਾ ਦਿੰਦਾ ਕੋਈ ਫਰੂਟ ਖਵਾ ਦਿੰਦਾ ਹਾਂ ਉਹ ਖਾਂਦਾ ਨਹੀਂ ਕਿਉਂਕਿ ਉਹਦੀ ਪੈਦਾਈ ਸੀ ਮਾਸ ਖਾਣ ਲਈ ਹੋਈ ਆ ਜੀ ਹੂੰ ਤੇ ਉਸ ਕਰਕੇ ਚੱਕਰ ਚ ਉਸ ਜਿਹੜੇ ਲੋਕ ਰੱਖ ਲੈਂਦੇ ਆ ਮਾਸ ਪਾਉਂਦੇ ਨਹੀਂ ਜਦੋਂ ਉਹਦੀ ਕੰਡੀਸ਼ਨ ਬਹੁਤ ਬੁਰੀ ਹੋ ਜਾਂਦੀ ਆ ਫਿਰ ਉਹ ਸਾਨੂੰ ਫੋਨ ਕਰਦੇ ਆ ਫਿਰ ਤੁਸੀਂ ਲੈ ਕੇ ਆਉ ਫਿਰ ਅਸੀਂ ਲੈ ਕੇ ਆਉਂਦੇ ਜਿਵੇਂ ਉੱਲੂ ਦੀ ਤੁਸੀਂ ਗੱਲ ਕੀਤੀ ਉੱਲੂ ਤੁਹਾਡੇ ਕੋਲ ਇੱਕ ਉੱਲੂ ਵੀ ਹੈਗਾਗਾ ਮੈਂ ਬਾਈ ਨੂੰ ਕਹਾਂਗਾ ਕੋ ਲੈ ਕੇ ਆਉਣਾ ਵੈਸੇ ਆਪਾਂ ਅਕਸਰ ਕਹਿੰਦੇ ਨੇ ਬੰਦੇ ਦੇ ਸੁਭਾਅ ਨੂੰ ਦੇਖ ਕੇ ਵੀ ਤੂੰ ਉੱਲੂ ਆ ਜਾਂ ਜਵਾਕ ਨੂੰ ਅਕਸਰ ਕਹਿੰਦੇ ਨੇ ਇਹ ਸੁਸਤੀ ਕਰਕੇ ਤੁਸੀਂ ਕਹਿੰਦੇ ਕੋ ਐਕਟਿਵ ਬਹੁਤ ਹੈ ਇਹ ਐਕਟਿਵ ਬਹੁਤ ਹੈ ਸਰ ਇਹ ਸੁਸਤ ਵੀ ਬਹੁਤ ਹੈ ਸੁਸਤ ਵੀ ਬਹੁਤ ਹੈ ਇਹਨੂੰ ਨਾ ਆਪਣੇ ਸਿਰ ਤੇ ਦੀ ਜਿਹੜੀ ਖੋਪੜੀ ਹੁੰਦੀ ਆ ਜੀ ਇਸ ਤੇ ਨਾ ਇਹਨੂੰ ਇਹ ਰਿਲੈਕਸ ਹੋ ਜਾਂਦਾ ਹੈ ਸੌਣ ਵਾਲੀ ਸਥਿਤੀ ਚ ਇਹ ਇਕੱਲਾ ਇਹ ਉੱਲੂ ਨਹੀਂ ਇਹ ਆਉਲ ਚ ਹੈ ਜਿੰਨੇ ਵੀ ਉੱਲੂ ਹੈ ਧਰਤੀ ਦੇ ਇਸ ਨਸਲ ਤੇ ਨਹੀਂ ਮਤਲਬ ਕੋਈ ਨਹੀਂ ਕੋਈ ਵੀ ਉਲੂ ਹੈ ਉਹਦਾ ਤੁਸੀਂ ਸਿਰ ਤੇ ਨਾ ਇਦਾਂ ਇਹਨੂੰ ਹੱਥ ਨੂੰ ਐ ਕਰਨਾ ਬਸ ਥੋੜਾ ਜਿਹਾ ਇਹਨੂੰ ਮਾਲਿਸ਼ ਕਰਨੀ ਇਹਦੀ ਅੱਖਾਂ ਤੇ ਉਸ ਤੋਂ ਬਾਅਦ ਇਹਨੇ ਰਿਲੈਕਸ ਹੋ ਜਾਣਾ ਇਹਦੇ ਪੰਜੇ ਦੇਖੋ ਤੁਸੀਂ ਇਹਨੇ ਢਿੱਲੇ ਛੱਡਦੇ ਮਤਲਬ ਸੌ ਗਿਆ ਸੌ ਗਿਆ ਹੁਣ ਇਹਨੂੰ ਜਿਵੇਂ ਮਰਜ਼ੀ ਰੱਖ ਦੀਏ ਬਾਦੂ ਸਾਹਮਣੇ ਜਿਵੇਂ ਤੁਸੀਂ ਪਹਿਲਾਂ ਖੇਡ ਖੇਡ ਵੀ ਰਏ ਸੀ ਕਿ ਵੀ ਇੰਨਾ ਇੰਨਾ ਜਿਆਦਾ ਸਸਤਾ ਆ ਗਿਆ ਹੈ ਕਿ ਤੁਸੀਂ ਜਿਵੇਂ ਬਾਈ ਨੂੰ ਵੀ ਕੈਚ ਕਰਾਓਗੇ ਤਾਂ ਉਸੇ ਤਰ੍ਹਾਂ ਉਸੇ ਸਥਿਤੀ ਜਿ ਰਹੂਗਾ ਬਿਲਕੁਲ ਇਹਨੂੰ ਹੁਣ ਰਿਲੈਕਸ ਕਰਤਾ ਨਾ ਸਰ ਹੂੰ ਇਹ ਹੁਣ ਇਹਨੂੰ ਮੈਂ ਇਹ ਇੰਨਾ ਜਿਆਦਾ ਸਸਤਾ ਆ ਗਿਆ ਇਹ ਆਪਣੇ ਆਪ ਨੂੰ ਕੰਫਰਟੇਬਲ ਫੀਲ ਕਰਦਾ ਜੀ ਬਟ ਇਹਨੂੰ ਸਮਝ ਹੋਣੀ ਚਾਹੀਦੀ ਹੈ ਇਹ ਨਹੀਂ ਕਿ ਜਿਵੇਂ ਅਚਾਨਕ ਤੁਸੀਂ ਫੜ ਕੇ ਸਵਾ ਕੇ ਕਰ ਦੋ ਅਚਾਨਕ ਜੇ ਕੋਈ ਆਊਟ ਮਿਲ ਜੇ ਇੰਜਰਡ ਹੈ ਤੇ ਤੁਸੀਂ ਹੁਣ ਡਰ ਰਹੇ ਉਹਨੂੰ ਚੱਕਣ ਚ ਤਾਂ ਕੋਈ ਦਿੱਕਤ ਨਹੀਂ ਹੈ ਉਸ ਤੇ ਹਲਕਾ ਜਾਂ ਜੇ ਤੁਹਾਨੂੰ ਜ਼ਿਆਦਾ ਡਰ ਲੱਗਦਾ ਉਹਦੇ ਪੰਜਿਆਂ ਤੇ ਕਪੜਾ ਘੇਰ ਦੋ ਤਾਂ ਕਿ ਇਹਦੇ ਨੇਲਸ ਬਹੁਤ ਵੱਡੇ ਹੁੰਦੇ ਆ ਜੀ ਇਹ ਮਤਲਬ ਉਸੇ ਤਰ੍ਹਾਂ ਜਿਵੇਂ ਬਾਜ ਦੇ ਤਿੱਖੇ ਨੇ ਉਸੇ ਤਰ੍ਹਾਂ ਉਸੇ ਤਰ੍ਹਾਂ ਹੁੰਦੇ ਆ ਇਹਦੀ ਪਕੜ ਬਹੁਤ ਜ਼ਿਆਦਾ ਹੁੰਦੀ ਆ ਜੀ ਜੀ ਪਕੜ ਇੰਨੀ ਤੇਜ਼ ਹੈ ਕਿ ਅਗਰ ਇਹਨੇ ਕਿਸੇ ਚੀਜ਼ ਨੂੰ ਫੜ ਲਿਆ ਤੁਸੀਂ ਛੁਡਾ ਨਹੀਂ ਸਕਦੇ ਹੂੰ ਲੇਕਿਨ ਇਹ ਲਾਈਟ ਵੇਟ ਦਾ ਹੁੰਦਾ ਹੈ ਇਸ ਲਈ ਇਹਦੇ ਖੰਭਾਂ ਦੀ ਆਵਾਜ਼ ਨਹੀਂ ਆਉਂਦੀ ਉੱਲੂ ਰਾਤ ਦਾ ਪੰਛੀ ਇਸ ਲਈ ਕਿ ਆ ਜਾਂਦਾ ਕਿ ਜਦੋਂ ਇਹ ਉੱਡਦਾ ਨਾ ਨੋ ਨੋ ਆਈਸ ਹੁੰਦੀ ਆ ਜੀ ਆਵਾਜ਼ ਨਹੀਂ ਹੁੰਦੀ ਕੋਈ ਆਵਾਜ਼ ਨਹੀਂ ਕੋਈ ਆਵਾਜ਼ ਨਹੀਂ ਰਾਤ ਦੇ ਸਮੇਂ ਦਿਖਾਈ ਦਿੰਦਾ ਸਿਰਫ ਇਹ ਰਾਤ ਨੂੰ ਸਰ ਕਿਉਂਕਿ ਇਹ ਜਿਹੜੀ ਆਈਸ ਆ ਇੱਕ ਤਾਂ ਰਾਤ ਨੂੰ ਐਕਟਿੰਗ ਮੈਂ ਐਕਟਿਵ ਹੋ ਜਾਂਦੀ ਐ ਨੂੰ ਦਿਖਦਾ ਬਹੁਤ ਵਧੀਆ ਥੋੜਾ ਪੰਛੀ ਕੁਦਰਤੀ ਰੱਬ ਨੇ ਇੱਕ ਐਸੀ ਚੀਜ਼ ਬਣਾਈ ਹੈ ਜਿਹੜਾ ਰਾਤ ਨੂੰ ਹੀ ਸ਼ਿਕਾਰ ਕਰਦਾ ਇਹ ਵਾਲਾ ਪੰਛੀ ਹਾਂਜੀ ਇਹਦੇ ਚ ਵੀ ਬਹੁਤ ਸਾਰੀਆਂ ਨਸਲਾਂ ਨੇ ਇਸ ਲਈ ਕਈ ਨਸਲਾਂ ਆਉਂਦੀਆਂ ਜੀ ਡੌਟੀ ਡਾਉਲ ਜਿਹੜਾ ਸਾਡਾ ਇੰਡੀਆ ਦਾ ਆਉਲਾ ਹੈ ਛੋਟਾ ਜਿਹਾ ਬੱਚੇ ਵਰਗਾ ਲੱਗਦਾ ਇੰਨਾ ਕਾਉਲ ਹੁੰਦਾ ਜਿਵੇਂ ਇਸਦੇ ਤੁਸੀਂ ਕਹਿ ਰਹੇ ਸੀ ਕਿ ਬਾਹਰਲੀ ਕੋਈ ਨਸਲ ਹੈ ਤੇ ਜਿਵੇਂ ਅੱਗ ਹੁੰਦੀ ਹੈ ਬਾਣ ਆਉਲਾ ਹੈ ਯਾ ਆਸਟ੍ਰੇਲੀਆ ਇੰਗਲੈਂਡ ਚ ਤਾਂ ਬਹੁਤ ਹੈ ਇੰਗਲੈਂਡ ਚ ਤਾਂ ਇਹ ਕਾਫੀ ਫੇਮਸ ਹੈ ਤੇ ਬਾਕੀ ਆਸਟ੍ਰੇਲੀਆ ਆਪਣੇ ਪ੍ਰਵਾਸੀ ਪੰਛੀ کیسے ਇਹ ਦਿਖਾਓ ਫੰਗ ਵੀ ਤੁਸੀਂ ਦਿਖਾ ਰਹੇ ਸੀ ਕਿ ਜਿਵੇਂ ਅੱਗ ਦੀ ਤਰ੍ਹਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਇਹ ਇੱਕ ਵਾਰੀ ਕੈਮਰਾ ਉਧਰ ਆ ਦੇ ਇਹ ਇਦਾਂ ਹੁੰਦੀ ਜਿਵੇਂ ਅੱਗ ਦੀਆਂ ਲਪਟਾਂ ਹੋਣ ਇਹ ਉਹੀ ਗੱਲ ਹੋ ਗਈ ਨਾ ਜਿਵੇਂ ਆਪਾਂ ਪਹਿਲਾਂ ਸ਼ੁਰੂਆਤ ਚ ਗੱਲ ਕਰੀ ਕਿ ਕੁਦਰਤ ਨੇ ਮੀਨਾਕਾਰੀ ਕੀਤੀ ਹੋਈ ਹੈ। ਸਰ ਇਹਦਾ ਨਾ ਬੋਨ ਟੁੱਟ ਗਈ ਸੀ। ਹੂੰ ਤੇ ਇਸ ਤੋਂ ਬਾਅਦ ਇਹ ਜਿਹੜੀ ਸਾਨੂੰ ਜਦੋਂ ਮਿਲਿਆ ਸੀ ਤਾਂ ਕਾਫੀ ਟਾਈਮ ਤੋਂ ਇੰਜਰਡ ਹੋਣਾ ਕਿਸੇ ਦੇ ਘਰ ਗਿਰਿਆ ਹੋਇਆ ਸੀ। ਜੀ ਤੇ ਉਸ ਤੋਂ ਬਾਅਦ ਸੀ ਦਾ ਇਲਾਜ ਕਰਾਇਆ ਇਹਦੀ ਜਿਹੜੀ ਹੱਡੀ ਜੁੜਵਾਈ ਪਰ ਟੇਢੀ ਜੁੜੀ ਹੈ ਪ੍ਰੋਪਰ ਉੜ ਨਹੀਂ ਸਕਦਾ। ਹੁਣੇ ਉਡੇ ਗਣੀ। ਹਾਂ ਅਸੀਂ ਵੈਸੇ ਪੰਛੀ ਉਡਾ ਦਿੰਨੇ ਆ ਜੀ ਮੈਂ 10 ਦਿਨ ਚ ਠੀਕ ਹੋ ਜੇ 11 ਦਿਨ ਚ ਠੀਕ ਹੋ ਜੇ ਮਹੀਨਾ ਲੱਗ ਜੇ 6 ਮਹੀਨੇ ਲੱਗ ਜਨ ਅਸੀਂ ਉਸ ਜਗ੍ਹਾ ਤੇ ਉਡਾ ਦਿੰਨੇ ਆ ਉਹਨੂੰ ਵਾਪਸ ਥੋੜਾ ਥੋੜਾ ਉੜਪੰਦੇ ਪਰ ਫਿਰ ਅਸੀਂ ਉਹਨਾਂ ਨੂੰ ਛੱਡ ਨਹੀਂ ਸਕਦੇ ਕਿਉਂਕਿ ਜੇ ਅਸੀਂ ਛੱਡ ਦਾਂਗੇ ਫਿਰ ਉਹ ਉਹੀ ਕੰਡੀਸ਼ਨ 'ਚ ਫਿਰ ਬਾਜ ਬਾਰੇ ਇੱਕ ਕਹਾਣੀ ਹੋਰ ਜਿਹੜੀ ਸਾਂਝੀ ਕੀਤੀ ਜਾਂਦੀ ਹੈ ਕਿ ਬਾਜ ਜਦੋਂ ਏਜ 'ਚ ਚਲਾ ਜਾਂਦਾ ਬਹੁਤ ਜ਼ਿਆਦਾ ਤੇ ਫਿਰ ਉਹ ਆਪਣੇ ਫੰਗਾਂ ਨੂੰ ਆਪ ਹੀ ਨੋਚ ਖਾ ਜਾਂਦਾ ਹੈ ਸਰ ਲਿਮਟ ਹੁੰਦੀ ਹੈ ਜੀ ਚੱਲ ਫੇਰ ਦਵਾ ਰਾ ਆ ਜਾਂਦੇ ਨੇ ਕਹਿੰਦੇ ਸਰ ਇਹ ਨਾ ਲਾ ਕੇ ਚੱਲੋ ਕਿ ਜਦੋਂ ਨੇਲ ਬਹੁਤ ਵੱਡੇ ਹੋ ਜਾਂਦੇ ਆ ਜੀ ਅੱਗੋਂ ਜਿਹੜਾ ਜ਼ਿਆਦਾ ਯੂਜ਼ ਕਰਨ ਕਰਕੇ ਉਹ ਜਿਹੜੀ ਉਹਨਾਂ ਦਾ ਤਿੱਖਾਪਨ ਖਤਮ ਹੋ ਜਾਂਦਾ ਹੈ ਹੂੰ ਅਸੀਂ ਤਾਂ ਨੀਲ ਕਟਰ ਯੂਜ਼ ਕਰ ਲੈਂਦੇ ਆਂ ਔਰ ਕਾਫੀ ਚੀਜ਼ਾਂ ਹੈਗੀਆਂ ਉਹਨਾਂ ਦਾ ਕੀ ਹੁੰਦਾ ਸਰ ਵੱਡੀ ਉੱਚੀ ਜਗ੍ਹਾ ਤੇ ਜਾ ਕੇ ਕਿਥੇ ਪੱਥਰਾਂ ਦੇ ਜਾਂਦੇ ਹਾਂ ਜੀ ਉਹਨੂੰ ਪੱਥਰਾਂ ਦੇ ਨਾਲ ਨੋਚਦੇ ਆਂ ਹੂੰ ਤੋੜਦੇ ਨੋਚ ਕੇ ਤੋੜ ਦਿੰਨੇ ਜਿਹੜੀ ਉਹਦੀ ਚੁੰਜੀ ਹੁੰਦੀ ਆ ਉਹਨੂੰ ਵੀ ਤੋੜ ਦਿੰਦੇ ਆ ਉਸ ਤੋਂ ਬਾਅਦ 3 ਮਹੀਨੇ 6 ਮਹੀਨੇ ਦਾ ਇਹ ਪ੍ਰੋਸੈਸ ਹੈ ਹੌਲੀ ਹੌਲੀ ਉਹ ਚੀਜ਼ ਦੁਬਾਰਾ ਆਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਇਹ ਡੈੱਡ ਸੈੱਲ ਜਿਹੜੇ ਦੇ ਵਿੱਚ ਫਿਰ ਸ਼ਿਕਾਰ ਕੀ ਹੁੰਦਾ ਸਰ ਇਹ ਘੱਟੋ ਘੱਟ 7 ਤੋਂ 8 ਦਿਨ ਲਗਾਤਾਰ ਭੁੱਖੇ ਰਹਿ ਸਕਦੇ ਆਂ ਹੂੰ ਬਿਨਾਂ ਪਾਣੀ ਤੋਂ ਵੀ ਰਹਿ ਸਕਦੇ ਸੱਤ ਅੱਠ ਦਿਨ ਆਰਾਮ ਨਾਲ ਜਦੋਂ ਉਹਨਾਂ ਦਾ ਇਹ ਚੀਜ਼ ਪ੍ਰੋਸੈਸ ਚੱਲਦੀ ਆ ਤਾਂ ਇਹ ਇੱਕ ਸ਼ਿਕਾਰ ਨੂੰ ਚੱਕ ਕੇ ਉੱਥੇ ਰੱਖ ਲੈਂਦੇ ਆ ਜੀ ਖਰਗੋਸ਼ ਹੋ ਗਿਆ ਕੋਈ ਹੋਰ ਚੀਜ਼ ਹੋਗੀ ਬਿੱਲੀ ਵਗੈਰਾ ਜਾਨਵਰ ਛੋਟਾ ਜਾਨਵਰ ਹੁੰਦਾ ਉਹਨੂੰ ਸ਼ਿਕਾਰ ਕਰਕੇ ਆਪਣੇ ਕੋਲ ਦੀ ਡਿਸਕਵਰੀ ਤੇ ਦੇਖ ਸਕਦੇ ਹੋ ਨਾਰਮਲ YouTube ਤੇ ਚੀਜ਼ਾਂ ਹੈਗੀ ਆਈ ਬੋਸ ਜੀ ਇਹ ਆਪਣੇ ਜਿਵੇਂ ਬਹੁਤ ਸਾਰੀਆਂ ਕਹਾਣੀਆਂ ਤੁਸੀਂ ਦੱਸੀਆਂ ਕਿ ਕੋਈ ਪੰਛੀ ਨੂੰ ਪਹਿਲਾਂ ਜਿਵੇਂ ਗਲੇਲਾ ਨਾਲ ਮਾਰ ਦਿੰਦੇ ਹੁਣ ਵੀ ਜਿਹੜੀਆਂ ਆਪਾਂ ਕਹਿੰਦੇ ਆ ਛੋਟੀ ਗਨ ਜਿਹੜੀ ਆਉਂਦੀ ਹੈ ਉਹ ਵੀ ਘਰਾਂ ਚ ਲੋਕ ਰੱਖੀ ਬੈਠੇ ਸ਼ੌਂਕੀਆ ਹਾਂ ਸਰ ਛਰੇ ਵਾਲੇ ਜੰਪਾ ਦੇਖਦੇ ਆਂ ਕਿ ਅਕਸਰ ਸ਼ਿਕਾਰ ਕਰਨ ਵਾਲੀ ਸ਼ਿਕਾਇਤ ਹੁੰਦੇ ਨੇ ਪਰ ਜਿਹੜੀਆਂ ਤੁਹਾਡੇ ਕੋਲ ਵੀ ਕਹਾਣੀਆਂ ਤੁਸੀਂ ਕਹਿੰਦੇ ਹੋ ਕਿ ਤੁਹਾਡੇ ਕੋਲ ਫੜਿਆ ਸਰ ਜ਼ਿਆਦਾਤਰ ਪਟਿਆਲੇ ਸ਼ਹਿਰ ਚ ਅਸੀਂ ਜ਼ਿਆਦਾ ਕੰਮ ਕਰਦੇ ਆਂ ਆਪਣੀ ਐਨ ਜੀਓ ਜਿਹੜੀ ਹੈਗੀ ਇੰਡੀਆ ਚ ਸ਼ਾਇਦ ਦੂਸਰੇ ਨੰਬਰ ਤੇ ਹੈ ਜਿਹੜੀ ਪੰਛੀਆਂ ਦੀ ਪ੍ਰੋਪਰ ਪੰਛੀਆਂ ਦੀ ਐਨ ਜੀ ਹੈ ਹੂੰ ਕਾਫੀ ਐਨ ਜੀਓ ਪੰਛੀ ਰੱਖਦੀ ਆ ਪਰ ਇੰਡੀਆ ਚ ਦੂਆ ਇੱਕ ਜੈਨ ਦੀ ਹੈਗੀ ਉਧਰ ਜੈਨੀਆਂ ਦੀ ਦਿੱਲੀ ਚ ਪਟਿਆਲੇ ਚ ਪੰਜਾਬ ਚ ਆਪਣੀ ਆ ਜੀ ਜਿਹੜੀ ਬਰਡਸ ਲਈ ਹੈ ਸਪੈਸ਼ਲ ਤੇ ਪੰਛੀ ਸਰ ਇੱਕ ਐਸਾ ਜੀਵ ਹੈ ਕਿ ਜਿਹਦੇ ਵੱਲ ਹਰ ਕੋਈ ਧਿਆਨ ਨਹੀਂ ਦਿੰਦਾ ਡੌਗਸ ਵੱਲ ਬਹੁਤ ਧਿਆਨ ਦਿੰਦੇ ਆ ਲੋਕ ਗਾਵਾਂ ਵੱਲ ਬਹੁਤ ਦਿੰਦੇ ਆ ਕੋਈ ਹੋਰ ਚੀਜ਼ ਆ ਜਾਈ ਵੱਡੀ ਜਿਹੜੀ ਦਿਖਦੀ ਆ ਸੜਕਾਂ ਤੇ ਚਲਦੀ ਫਿਰਦੀ ਉਹ ਪੰਛੀ ਕੈਸਾ ਚੀਜ਼ ਆ ਉਹ ਡੋਰਾ ਦੇ ਵਿੱਚ ਫਸ ਜਾਂਦਾ ਟਾਵਣਾ ਵਿੱਚ ਫਸ ਜਾਂਦਾ ਉੱਪਰ ਅੱਜਕੱਲ ਲੋਕੀ ਚੰਨ ਵੀ ਨਹੀਂ ਦੇਖਦੇ ਟਾਵੜ ਤੋਂ ਦੇਖਣ ਦੀ ਤਾਂ ਬਹੁਤ ਵੱਡੀ ਗੱਲ ਆ ਉਹ ਜਿਨ੍ਹਾਂ ਨੂੰ ਦਿਖ ਜਾਂਦਾ ਜਾਂ ਜਿਹੜੇ ਦਰਦ ਰੱਖਦੇ ਆ ਦਿਲ ਚ ਆਪਣਾ ਉਹ ਪੰਛੀ ਆ ਉਹ ਫੋਨ ਕਰ ਦਿੰਦੇ ਆ ਫਿਰ ਅਸੀਂ ਆਈ ਕਦੀ ਤਾਂ ਆਪ ਹੀ ਰੈਸਕਿਊ ਕਰ ਲੈਨੇ ਕਈ ਕਦੀ ਮਰ ਜਦੋਂ ਸਾਡੇ ਹੱਥ ਚ ਨਹੀਂ ਹੁੰਦਾ ਫਾਇਰ ਬ੍ਰਿਗੇਡ ਵਾਲੇ ਹੋਗੇ ਜੰਗਲਾਤ محکمہ ਵਾਲੇ ਹੋਗੇ ਉਹ ਪੂਰਾ ਸੀ ਇੱਕ ਪਰਿਵਾਰ ਆ ਇੱਕ ਦੂਜੇ ਦੀ ਹੈਲਪ ਚਲਦੀ ਰਹਿੰਦੀ ਆ ਤੇ ਮਿਲ ਕੇ ਉਹਨਾਂ ਨਾਲ ਕੰਮ ਕਰਦੇ ਆ ਤੇ ਪੰਛੀ ਨੂੰ ਬਚਾਉਣਾ ਸਾਡਾ ਮੇਨ ਮੋਟਿਵ ਹੁੰਦਾ ਜੀ ਜਿਹੜਾ ਪੰਛੀ ਅਸੀਂ ਰੈਸਕਿਊ ਕਰਦੇ ਆ ਉਹਦੀ ਫੋਟੋ ਜਿਨ੍ਹਾਂ ਨੇ ਰੈਸਕਿਊ ਕਰਾਇਆ ਉਹਨਾਂ ਨਾਲ ਫੋਟੋ ਖਿੱਚ ਕੇ ਉਸ ਏਰੀਆ ਨੂੰ ਨੋਟ ਕਰਕੇ ਫਿਰ ਉਹਨੂੰ ਸ਼ੈਲਟਰ ਜਾਂ ਤਾਂ ਡਾਕਟਰ ਕੋਲ ਲੈ ਜਾਂਦੇ ਆ ਸਿੱਧਾ ਜੀ ਸਾਡੇ ਹੱਥ ਨਾ ਹੋਏ ਤੇ ਛੋਟਾ ਮੋਟਾ ਟ੍ਰੀਟਮੈਂਟ ਆ ਆਪ ਕਰਕੇ ਫਿਰ ਉਹਨੂੰ ਸ਼ੈਲਟਰ ਰੱਖਿਆ ਜਾਂਦਾ ਸ਼ੈਲਟਰ ਰੱਖਣ ਤੋਂ ਬਾਅਦ ਖਾਣਾ ਪੀਣਾ ਦੇਣ ਤੋਂ ਬਾਅਦ ਜਦੋਂ ਲੱਗਦਾ ਐਕਟਿਵ ਹੋ ਗਿਆ ਹੁਣ ਇਹਨਾਂ ਨੂੰ ਆਜ਼ਾਦ ਕਰ ਦਿੰਦੇ ਛੱਡ ਦਿੰਦੇ ਆ ਸਰ ਜੀ ਜਿਵੇਂ ਅੱਜ ਬਾਜ ਤੁਸੀਂ ਅਡ ਰੱਖੇ ਹੋਏ ਆ ਦੂਜੇ ਪੰਛੀ ਅਡ ਨੇ ਤਾਂ ਕੁਝ ਬਾਜ ਦੱਸ ਬਾਜ ਨੂੰ ਨਾ ਅਸਲ 'ਚ ਉਡਣ ਲਈ ਕਾਫੀ ਜਗ੍ਹਾ ਚਾਹੀਦੀ ਹੁੰਦੀ ਆ ਤੇ ਜੇ ਇਹਨਾਂ ਨੂੰ ਅਸੀਂ ਪੰਛੀਆਂ ਦੇ ਵਿੱਚ ਰੱਖ ਦਿੰਨੇ ਜਦੋਂ ਸਾਡੇ ਕੋਲ ਇੱਕ ਦੋ ਬਾਜ ਹੁੰਦੇ ਆ ਅਸੀਂ ਆਮ ਪੰਛੀਆਂ ਦੇ ਨਾਲ ਹੀ ਰੱਖ ਦਿੰਨੇ ਆ ਜੀ ਜਦੋਂ ਇੱਕ ਬਹੁਤ ਸਾਰੇ ਹੋ ਜਾਂਦੇ ਆ ਫਿਰ ਇਹਨਾਂ ਨੂੰ ਅਲੱਗ ਰੱਖਿਆ ਜਾਂਦਾ ਜਦੋਂ ਜ਼ਿਆਦਾ ਹੋ ਜਾਂਦਾ ਜ਼ਿਆਦਾ ਹੋ ਜਾਂਦਾ ਕਿਉਂਕਿ ਸਰ ਫਿਰ ਇਹ ਫਲਾਈ ਕਰਦੇ ਨੇ ਤਾਂ ਜਿਹੜਾ ਉਹ ਸੈਂਟੀਮੀਟਰ ਦੇ ਹਿਸਾਬ ਸਿਰ 56 ਸੈਂਟੀਮੀਟਰ 40 ਸੈਂਟੀਮੀਟਰ 60 ਸੈਂਟੀਮੀਟਰ ਇਹ ਜੇ ਪੰਖ ਖੋਲਣ ਇੰਨੀ ਜਗ੍ਹਾ ਚਾਹੀਦੀ ਆ ਹੂੰ ਉਹ ਫਿਰ ਹੜ ਆਈ ਸੀ ਪਟਿਆਲੇ ਦੇ ਵਿੱਚ ਉਦੋਂ ਲੋਕ ਇੱਕ ਦੂਜੇ ਨੂੰ ਬਚਾ ਰਹੇ ਸੀ ਪਰ ਤੁਹਾਡਾ ਜਿਹੜਾ ਇਹ ਪੰਛੀਆਂ ਦਾ ਘਰ ਸੀਗਾ ਉਹ ਚੋਰੇ ਪਿੰਡ ਦੇ ਵਿੱਚ ਸੀਗਾ ਤੇ ਉੱਥੇ ਹੀ ਬਹੁਤ ਪਾਣੀ ਆ ਗਿਆ ਸੀ ਤਾਂ ਉਸ ਸਮੇਂ ਤੁਸੀਂ ਉਹ 2 2.5 ਘੰਟਿਆਂ ਦੇ ਵਿੱਚ ਸਾਰੇ ਪੰਛੀ ਇੱਥੇ ਸ਼ਿਫਟ ਕੀਤੇ ਸਰ ਤੁਹਾਨੂੰ 3 ਦਿਨ ਪਹਿਲਾਂ ਅਨਾਊਂਸਮੈਂਟ ਹੋ ਗਈ ਜੀ 3 ਦਿਨ ਪਹਿਲਾਂ ਕਿ ਪਾਣੀ ਆ ਸਕਦਾ ਹੈ ਤਾਂ ਉਦੋਂ ਅਸੀਂ ਆਪਣਾ ਜਗਾ ਲੱਭੀ ਸਾਨੂੰ ਆ ਜਿਹੜੀ ਸ਼ਹਿਰ ਦੇ ਵਿੱਚ ਸਾਨੂੰ ਜਗਾ ਇਹ ਮਿਲ ਗਈ ਸੀ ਤੇ ਫਟਾਫਟ ਹੀ ਖੰਡਰ ਸੀਗਾ ਸਰ ਪਹਿਲਾਂ ਬਹੁਤ ਅਸੀਂ ਇਸ ਤੇ ਕੰਮ ਕੀਤਾ ਇੱਕ ਦੋ ਦਿਨ ਚ ਇਹਨੂੰ ਸੈੱਟ ਕਰਕੇ ਫਿਰ ਆਪਣੇ ਸਾਰੇ ਪੰਛੀ ਲਿਆ ਕੇ ਤੇ ਸ਼ਿਫਟ ਕੀਤੇ ਜੀ ਤੇ ਜਿਹੜੀ ਪਹਿਲੀ ਜਗਾ ਸਾਡੀ ਕੋਲ ਸੀ ਉਹ 1200 ਗੱਜ ਸੀਗੀ ਜੀ ਤੇ ਉਹ ਰੈਂਟ ਤੇ ਲਈਤੀ ਹੋਈ ਸੀ ਹੁਣ ਜਿਹੜੀ ਇਹ ਜਗਾ 150 ਗੱਜ ਆ ਜੀ ਜੀ ਤੇ ਪੰਛੀ ਉਦੋਂ ਉੱਥੇ ਪੰਛੀ ਹੁੰਦੇ ਸੀ ਸੀ ਸਿਰਫ 40 50 ਹੁਣ ਜਦੋਂ ਇੱਥੇ ਸ਼ਿਫਟ ਹੋਇਆ ਸਾਰੇ ਕੋਲ 150 ਸਵਾਸਤ 150 250 ਪਰ ਜਗ੍ਹਾ ਤਾਂ ਇਹਨਾਂ ਨੂੰ ਜ਼ਿਆਦਾ ਚਾਹੀਦੀ ਹੈ ਜਗ੍ਹਾ ਸਰ ਜ਼ਿਆਦਾ ਚਾਹੀਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਗ੍ਹਾ ਪਿੱਛੇ ਲੱਗੇ ਹੋયા ਆ ਜੀ ਜੇ ਪਰਮਾਤਮਾ ਨੇ ਚਾਇਆ ਤਾਂ ਜਗ੍ਹਾ ਜ਼ਰੂਰ ਲਵਾਵਾਂਗੇ ਜੀ ਤੇ ਜਿੰਨਾ ਹੋ ਸਕਿਆ ਜਿੰਨੀ ਕਿ ਲਾਈਫ ਰ ਆਪਣੇ ਦਿੱਤੀ ਹੈ ਜੀ ਆਪਣਾ ਲਾਈਫ ਦੇ ਵਿੱਚ 8 ਜਾਂ 6 8 ਘੰਟੇ ਅਸੀਂ ਇੱਥੇ ਦਿੰਦੇ ਆ ਜੀ ਮੈਂ ਮੇਰੀ ਟੀਮ ਦੇ ਨਾਲ ਸਾਡੇ ਜਿਹੜੇ ਫਾਊਂਡਰ ਹੈ ਫਾਊਂਡਰ ਤਾਂ ਵੈਸੇ ਅਕਾਲਪੁਰ ਕੋ ਬਾਈ ਗੁਰੂ ਹੀ ਆ ਪਰ ਸਭ ਸੋਜੀ ਦੇਣ ਵਾਲਾ ਉਹੀ ਹੈ ਅੰਕਿਤ ਜਯਾਦਵ ਜੀ ਜਿਹੜੇ ਹੈਗੇ ਉਹ ਹੁਣ ਇਸ ਟਾਈਮ ਕੈਨੇਡਾ ਚ ਨੇ ਜੀ ਉਹ ਪਹਿਲਾਂ ਇੰਡੀਆ ਇੱਥੇ ਸੇਵਾ ਕਰਦੇ ਸੀ ਸਾਡੇ ਨਾਲ ਹੁਣ ਉਹ ਕੈਨੇਡਾ ਗਏ ਹੋયા ਉੱਥੇ ਰਹਿ ਰਹੇ ਆ ਪੀਆਰ ਹੋਈ ਆ ਉਹਨਾਂ ਦੀ ਬਾਕੀ ਕ੍ਰਿਸ਼ਨ ਜੀ ਆ ਸਾਡੇ ਨਾਲ ਟੀਮ ਮੈਂਬਰ ਸਿਮਰਨ ਜੀ ਤੇ ਉਦਾਂ ਹੀ ਸਾਡੇ ਨਾਲ ਅਰਸ਼ਦੀਪ ਜੀ ਸਾਡੀ ਟੀਮ ਬਹੁਤ ਵੱਡੀ ਆ ਜੀ ਜੀ ਤੇ ਸਾਰੇ ਮੈਂਬਰਸ ਹੈਗੇ ਅਸੀਂ ਤੇ ਮਿਲ ਕੇ ਕੰਮ ਕਰ ਰਹੇ ਆ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿੰਨੀ ਕਿ ਜ਼ਿੰਦਗੀ ਸਾਨੂੰ ਰੱਬ ਨੇ ਦਿੱਤੀ ਅਸੀਂ ਇਹ ਸੇਵਾ ਜਿਹੜੀ ਹੈ ਨਿਭਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਸੰਦੀਪ ਜੀ ਲਓ ਜੀ ਇਹ ਸੰਨ ਸੰਦੀਪ ਸਿੰਘ ਪਟਿਆਲਾ ਦਾ ਰਹਿਣ ਵਾਲਾ ਨੌਜਵਾਨ ਹੈ ਜੋ ਪੰਛੀਆਂ ਨੂੰ ਪਿਆਰ ਕਰਦਾ ਅਸੀਂ ਵੀ ਸੋਚੀਏ ਕਿ ਜੇਕਰ ਤੁਹਾਨੂੰ ਕਿਤੇ ਕੋਈ ਨਜ਼ਰੀ ਪੈਂਦਾ ਪੰਛੀ ਇਸ ਤਰ੍ਹਾਂ ਜ਼ਖਮੀ ਹਾਲਤ ਦੇ ਵਿੱਚ ਤਾਂ ਤੁਸੀਂ ਜਰੂਰ ਸੰਦੀਪ ਹੁਣਾਂ ਨਾਲ ਸੰਪਰਕ ਕਰੋ ਤਾਂ ਕਿ ਅਸੀਂ ਕਿਸੇ ਪੰਛੀ ਦੀ ਜਾਨ ਬਚਾ ਸਕੀਏ ਪਰ ਦੂਸਰਾ ਇਹ ਵੀ ਧਿਆਨ ਰੱਖਿਆ ਕਰੋ ਕਿ ਹਰ ਪੰਛੀ ਦਾ ਆਪਣਾ ਸੁਭਾਅ ਹਰ ਪੰਛੀ ਦੀ ਆਪਣੀ ਰੰਗਤ ਹੈ ਉਸ ਦੇ ਸੁਭਾਅ ਮੁਤਾਬਕ ਹੀ ਜੇਕਰ ਤੁਹਾਡੇ ਕੋਲੇ ਉਹ ਪੰਛੀ ਤੁਹਾਡੇ ਘਰ ਦੇ ਨੇੜੇ ਤੁਹਾਨੂੰ ਜੱਕਵੀ ਹਾਲਤਸ ਮਿਲਦਾ ਤਾਂ ਉਸ ਨੂੰ ਖਾਣਾ ਵੀ ਉਸ ਤਰ੍ਹਾਂ ਦਿੱਤਾ ਜਾਵੇ ਕਿਉਂਕਿ ਅੱਜ ਕੱਲ ਤਾਂ ਸੰਦੀਪ ਜੀ ਜਿਵੇਂ ਆਪਾਂ ਦੇਖਿਆ ਕਿ ਇੰਟਰਨੈਟ ਦਾ ਜੋਗਾ ਕਿ ਅਸੀਂ ਕਿਤੋਂ ਵੀ ਗਿਆਨ ਲੈ ਸਕਦੇ ਸਾਨੂੰ ਪਤਾ ਲੱਗ ਸਕਦਾ ਕਿ ਜੇ ਬਾਜ ਹੈ ਤਾਂ ਉਹਦਾ ਖਾਣਾ ਕੀ ਹੋ ਸਕਦਾ ਉੱਲੂ ਦਾ ਖਾਣਾ ਕੀ ਹੋ ਸਕਦਾ ਜੇ ਕਾਂ ਤਾਂ ਉਹਦਾ ਸੁਭਾਗ ਕੀ ਹੋ ਸਕਦਾ ਇਹ ਜਾਣਕਾਰੀ ਆਲੇ ਦੁਆਲੇ ਇਕੱਠੀ ਕਰਕੇ ਫਿਰ ਤੁਸੀਂ ਉਸ ਦਾ ਟ੍ਰੀਟਮੈਂਟ ਘਰ ਵੀ ਕਰ ਸਕਦੇ ਹੋ ਪਰ ਨਾਲ ਦੇ ਨਾਲ ਸੰਦੀਪ ਹੁਣਾ ਨਾਲ ਸੰਪਰਕ ਕਰਕੇ ਇੱਕ ਪੰਛੀ ਦੀ ਇੱਕ ਜੀਵ ਦੀ ਜਾਨ ਬਚਾਈ ਜਾ ਸਕਦੀ ਹੈ ਕੈਮਰਾਮੈਨ ਗੁਰਵਿੰਦਰ ਦੇ ਨਾਲ ਹੈਪੀ ਭਗਤ